ਅੱਲਾ ਜਿਸ ਤਰ੍ਹਾਂ ਭਾਗਣ ਸੁਣੋ ਗੱਲ, ਸਿੱਟਾਂ ਦਾ ਕਦੇ ਕੋਈ ਰੌਲਾ ਨਹੀਂ ਪਿਆ ਭਾਅ ਜੀ। ਮੈਂ ਤਾਂ ਬਿਲਕੁਲ ਬਾਗੀ ਸਾਥੀਆਂ ਦੀ ਮੈਂ ਤੁਹਾਨੂੰ ਕਾਰਗੁਜ਼ਾਰੀ ਸਾਰੀ ਦੱਸ ਦਿਓ, ਸਿੱਟਾਂ ਦਾ ਕਦੇ ਰੌਲਾ ਹੀ ਨਹੀਂ ਪਿਆ। ਉਹਨਾਂ ਨੇ ਆਪਣੀ ਨੂੰਹ ਨੂੰ ਉੱਥੇ ਭੇਜਿਆ, ਨੂੰਹ ਨੂੰ ਬੀਜੇਪੀ ਤੋਂ ਚੋਣ ਲੜਾਈ, ਬੀਜੇਪੀ ਨੂੰ ਕਿਹਾ ਵੀ ਇਹਦੇ ਪਿੱਛੇ ਪਿੱਛੇ ਮੈਂ ਆਵਾਂਗਾ, ਕੰਮ ਚੱਲ। ਮੈਂ ਸੁਖਬੀਰ ਜੀ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਚੰਦੂਮਾਜਰਾ ਸਾਹਿਬ ਨੇ ਹਰਾ ਦਿੱਤਾ, ਜੇ ਤੁਸੀਂ ਮੈਨੂੰ ਟਿਕਟ ਦੇ ਦੀ। ਮੈਂ ਇਹਨਾਂ ਦੇ ਮੂੰਹ ਤੇ ਕਹਿ ਰਿਹਾ ਹੈਗਾ, ਲੈ ਸੌਂਕ ਅੱਗੇ ਕਹਿ ਸਕਦਾ। ਮੈਨੂੰ ਕਹਿਣਗੇ ਮੈਂ ਕਿਸ ਤਰ੍ਹਾਂ ਹਰਾ ਦਿਓ, ਮੈਂ ਕਿਹਾ ਤੁਸੀਂ ਕਰਕੇ ਦੂਸਰੀ ਪਾਰਟੀਆਂ ਨਾਲ ਸੌਦਾ, ਸਾਰੇ ਬੰਦੇ ਲੈ ਕੇ ਅਨੰਦਪੁਰ ਸਾਹਿਬ ਚਲੇ ਜਾਣਾ, ਮੈਨੂੰ ਕੋਈ ਨਹੀਂ ਲੱਭਣਾ। ਮੈਂ ਪਰਮਿੰਦਰ ਜੀ ਨੂੰ ਫੋਨ ਕਰਿਆ, ਮੈਂ ਕਿਹਾ ਵੀਰ ਜੀ ਸੰਗਰੂਰ ਤੋਂ ਵੱਧ ਸੇਫ ਸੀਟ ਪਟਿਆਲਾ ਹੈ, ਤੁਸੀਂ ਆ ਕੇ ਪਟਿਆਲਾ ਲੜੋ ਔਰ ਮੈਂ ਡੱਟ ਕੇ ਤੁਹਾਡੇ ਨਾਲ ਆਪਣੀ ਜੰਗ ਦਾਵੀ ਕਰੂੰਗਾ, ਸਭ ਕੁਛ ਕਰੂੰਗਾ। ਤੁਹਾਨੂੰ ਸਾਰੇ ਸਾਰੀ ਟੀਮ ਨਾਲ ਗੱਲਬਾਤ ਕਰੀ ਵੀ ਆਪਾਂ ਪਰਮਿੰਦਰ ਨੂੰ ਲੜਾਈ, ਸਾਰੇ ਐਗਰੀ ਹੋਏ। ਉਸ ਤੋਂ ਬਾਅਦ ਉਹਨਾਂ ਦੀ ਇੱਕ ਰਿਲੇਸ਼ਨ 'ਚ ਆਮ ਘੁੰਮਣ, ਸਾਡੇ ਕੋਮਨ ਫਰੈਂਡ ਆ। ਮੈਂ ਅਮਰੀਕਾ ਫੋਨ ਕਰਿਆ, ਮੈਂ ਕਿਹਾ ਜੀ ਤੁਸੀਂ ਪਰਮਿੰਦਰ ਜੀ ਨੂੰ ਮਨਾਓ, ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਚਾਹ ਰਹੇ ਹਾਂ ਵੀ ਆਪਾਂ ਪਟਿਆਲੇ ਤੋਂ ਇਲੈਕਸ਼ਨ ਲੜਨੀ। ਉਹ ਕਹਿੰਦੇ ਮੈਂ ਇਲੈਕਸ਼ਨ ਹੀ ਨਹੀਂ ਲੜਨਾ। ਚਰਨਜੀਤ ਦੇ ਭਰਾ ਅਮਿਤ ਸ਼ਾਹ ਜੀ ਸਾਰਿਆਂ ਨਾਲ ਮੀਟਿੰਗਾਂ ਕਰਦੇ ਹਾਂ, ਫੰਡ ਦਿੰਦੇ ਹਾਂ ਉੱਥੇ ਰੱਖੜਾ ਸਾਹਿਬ ਦੇ, ਅਤੇ ਉਹ ਅੱਜ ਸੁਖਬੀਰ ਨੂੰ ਧਾਰਨ ਦੀਆਂ ਗੱਲਾਂ ਕਰ ਰਹੇ ਹਾਂ। ਜਿਹੜਾ ਇਹ ਟੋਲਾ ਹੈ ਇਹ ਕਿਸੇ ਨਾ ਕਿਸੇ ਤਰ੍ਹਾਂ ਬੀਜੇਪੀ ਨਾਲ ਜੁੜਿਆ ਰਿਹਾ, ਇਸ ਕਰਕੇ ਅੱਜ ਪੂਰੇ ਪੰਜਾਬ ਨੂੰ ਚੰਗੀ ਤਰ੍ਹਾਂ ਪਤਾ ਵੀ ਇਹ ਸੱਲਾ ਸ਼ੇਰੀ ਪਿੱਛੇ ਬੀਜੇਪੀ ਦਾ ਜਾ। ਅਕਾਲੀ ਦਲ ਦੇ ਅੰਦਰ ਜੋ ਕੁਝ ਪਿਛਲੇ ਦਿਨਾਂ ਦੇ ਅੰਦਰ ਚੱਲ ਰਿਹਾ ਸਭ ਦੇ ਸਾਹਮਣੇ ਹੈ, ਪਰ ਹੁਣ ਅਕਾਲੀ ਦਲ ਦਾ ਇੱਕ ਉਹ ਧੜਾ ਜਿਹੜਾ ਬਾਗੀ ਧੜਾ ਮੰਨਿਆ ਜਾ ਰਿਹਾ, ਹੁਣ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਰਿਹਾ ਮਾਫ਼ੀ ਮੰਗਣ ਦੇ ਲਈ। ਜੋ ਕੁਝ ਕਹਿੰਦੇ ਨੇ ਕਿ ਪਿਛਲੇ ਸਮੇਂ ਦੌਰਾਨ ਵਾਪਰਿਆ, ਚਾਹੇ ਉਹ ਸੌਦਾ ਸਾਹਿਬ ਦੀ ਮਾਫ਼ੀ ਹੋਵੇ, ਚਾਹੇ ਬੇਅਦਬੀ ਕਾਂਡ, ਗੋਲੀ ਕਾਂਡ, ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਕਹਿੰਦੇ ਨੇ ਕਿ ਜਿਹੜੀ ਵਿਧੀ ਵਿਧਾਨ ਦੇ ਨਾਲ ਮਾਫ਼ੀ ਨਹੀਂ ਮੰਗੀ ਗਈ, ਹੁਣ ਇਹ ਬਾਗੀ ਧੜਾ ਉੱਥੇ ਜਾ ਕੇ ਮਾਫ਼ੀ ਮੰਗੇਗਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਅਕਾਲੀ ਦਲ ਨੂੰ ਦੋ ਹਿੱਸਿਆਂ ਦੇ ਵਿੱਚ ਦੇਖਿਆ ਜਾ ਰਿਹਾ, ਇੱਕ ਹਿੱਸਾ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਅਤੇ ਦੂਜਾ ਬਾਗੀ ਨਜ਼ਰ ਆਉਂਦਾ। ਸੁਖਬੀਰ ਸਿੰਘ ਬਾਦਲ ਧੜੇ ਦੇ ਸਾਡੇ ਨਾਲ ਇਸ ਵੇਲੇ ਐਨ ਕੇ ਸ਼ਰਮਾ, ਦੋ ਵਾਰ ਦੇ ਵਿਧਾਇਕ ਨੇ, ਪਟਿਆਲਾ ਤੋਂ ਇਸ ਵਾਰ ਪਾਰਲੀਮੈਂਟ ਦੇ ਉਮੀਦਵਾਰ ਸੀ ਅਤੇ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਵੀ ਨੇ ਐਨ ਕੇ ਸ਼ਰਮਾ ਸ਼ਰਮਾ ਜੀ, ਔਰ ਨਾਲ ਨਾਲ ਹਿੰਦੂ ਚਿਹਰਾ ਵੀ ਨੇ ਅਕਾਲੀ ਦਲ ਦਾ। ਸ਼ਰਮਾ ਜੀ, ਜੋ ਕੁਝ ਚੱਲ ਰਿਹਾ ਪਿਛਲੇ ਕੁਝ ਦਿਨਾਂ ਦੇ ਅੰਦਰ, ਜੋ ਕੁਝ ਹੋਇਆ ਕਿਉਂ ਹੋਇਆ? ਦੇਖੋ ਭਾਅ ਜੀ, ਪਹਿਲੀ ਗੱਲ ਤਾਂ ਤੁਸੀਂ ਕਿਹਾ ਵੀ ਸੁਖਬੀਰ ਧੜਾ, ਬਾਗੀ ਧੜਾ। ਸੋ ਸੁਖਬੀਰ ਬਾਦਲ ਜੀ ਦਾ ਕੋਈ ਧੜਾ ਨਹੀਂ, ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਂ। ਮਤਲਬ 30 ਸਾਲ ਪਹਿਲਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ 'ਚ ਆਪਾਂ ਆਪਣੀ ਜ਼ਿੰਦਗੀ ਦਾ ਜਿਹੜਾ ਸ਼ੁਰੂਆਤ ਕੀਤੀ ਔਰ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਹੈਗੇ ਹਾਂ। ਜਿਹੜੀ ਧੜਿਆਂ ਦੀ ਗੱਲ ਆ, ਹੋਰ ਆ, ਦੇਖੋ ਮੈਨੂੰ ਬਹੁਤੀਆਂ ਰਾਜਨੀਤਿਕ ਗੱਲਾਂ ਤਾਂ ਕਰਨੀਆਂ ਨਹੀਂ ਆਉਂਦੀਆਂ। ਜੋ ਮੈਂ ਮਹਿਸੂਸ ਕਰਿਆ, ਜੋ ਮੈਂ ਦੇਖਿਆ ਹੈਗਾ, ਬੜੀਆਂ ਤਾਕਤਾਂ। ਮਤਲਬ ਦੇਖੋ, ਸਾਡੀ ਸ਼੍ਰੋਮਣੀ ਅਕਾਲੀ ਦਲ ਇੱਕ ਖਿੱਤੇ ਦੀ ਪਾਰਟੀ ਹੈਗੀ ਆ। ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਕਰਨ ਵਾਸਤੇ ਸ਼ੁਰੂ ਤੋਂ ਹੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਅਖੀਰ ਤੱਕ ਉਹਨਾਂ ਨੂੰ ਪਤਾ ਵੀ 103 ਸਾਲ ਪੁਰਾਣੀ ਪਾਰਟੀ ਆ, ਸ਼ਹੀਦਾਂ ਦੀ ਪਾਰਟੀ ਆ, ਵੀ ਇਹਦੇ 'ਤੇ ਅਟੈਕ ਕਰਨ ਦਾ ਤਾਂ ਕੋਈ ਨਹੀਂ। ਅੱਜ ਕੱਲ੍ਹ ਸੋਸ਼ਲ ਮੀਡੀਆ, ਹੋਰ ਬਹੁਤ ਕੁਛ ਹੋ ਗਿਆ। ਫਿਰ ਉਹਨਾਂ ਨੇ ਸਾਡੇ ਪ੍ਰਧਾਨ 'ਤੇ ਗਿਣੇ ਮਿੱਥੇ ਢੰਗ ਨਾਲ ਜਿਹੜੀਆਂ ਸਾਜ਼ਿਸ਼ਾਂ ਰਚ ਕੇ ਉਹਦੇ 'ਤੇ ਅਟੈਕ ਜਿਹੜਾ ਸ਼ੁਰੂ ਕਰਿਆ। ਸੋ ਪਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਸੀਗਾ, ਉਹ ਵੀ ਸਾਰਾ ਕੁਛ ਚੱਲਦਾ ਰਿਹਾ। ਹੁਣ ਜੋ ਪਿਛਲੇ ਆਹ MP ਚੋਣਾਂ ਦੇ ਅੰਦਰ ਹੋਇਆ, ਜੋ ਲੋਕਾਂ ਦੇ ਸਾਹਮਣੇ ਸਾਰੀਆਂ ਗੱਲਾਂ ਬਤਾਈਆਂ, ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਗੋਡਿਆਂ ਭਾਰ ਕਰਕੇ, ਮਤਲਬ ਬਿਨਾਂ ਕਿਸੇ
ਏਜੰਡੇ ਤੋਂ ਸਿੱਧੀਆਂ ਟਿਕਟਾਂ ਦਾ ਲਾਲਚ ਦੇ ਕੇ, MP ਸੀਟਾਂ ਦਾ ਲਾਲਚ ਦੇ ਕੇ ਆਪਣੇ ਟਰੈਪ 'ਚ ਫਸਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਾਨਾਮਤੀ ਇਤਿਹਾਸ ਰਿਹਾ ਉਹਨੂੰ ਤਬਾਹ ਕਰਨਾ ਚਾਹੁੰਦੀ ਸੀਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬੜੀ ਦ੍ਰਿੜਤਾ ਦੇ ਨਾਲ ਉਹਨਾਂ ਦੀ ਜਿਹੜੀ ਸੋਚ ਸੀਗੀ ਉਹਨੂੰ ਹਾਵੀ ਨਹੀਂ ਹੋਣ ਦਿਆ, ਮਤਲਬ MP ਜਾਂ ਮਨਿਸਟਰੀਆਂ ਉਹਨਾਂ ਦੇ ਲਾਲਚ ਨੂੰ ਛੱਡ ਕੇ ਉਹਨਾਂ ਨੇ ਆਪਣੇ ਸਿਧਾਂਤਾਂ ਅਤੇ ਅਸੂਲਾਂ 'ਤੇ ਪਹਿਰਾ ਦਿੰਦੇ ਹੋਏ ਫੈਸਲਾ ਲਿਆ ਵੀ ਬਿਨਾਂ ਨੇ ਵੀ ਅਗਰ ਗੱਲ ਕਰੋ ਤੁਸੀਂ ਕਹਿ ਰਹੇ ਹੋ ਕੁਝ ਤਾਕਤਾਂ, ਕਿਹਦਾ ਜ਼ਿਕਰ ਕਰ ਰਹੇ? ਦੇਖੋ ਅੱਜ ਦੀ ਡੇਟ 'ਚ ਤਾਂ ਮੈਂ ਕਲੀਅਰ ਕੱਟਾਂ ਕਿਉਂਕਿ ਮੈਂ ਕੋਰ ਕਮੇਟੀ ਦਾ ਹਿੱਸਾ ਹਾਂ। ਭਾਰਤੀ ਜਨਤਾ ਪਾਰਟੀ ਜਾਂਦੀ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਚੋਣ ਲੜੇ, ਪਰ ਉਹਨਾਂ ਦਾ ਕੰਡੀਸ਼ਨ ਸੀਗੀ ਵੀ ਕਿਸਾਨਾਂ ਦੇ ਅੰਗੇਜ਼ ਇੱਕ ਟੂਲ ਬਣਾ ਕੇ ਅਕਾਲੀ ਦਲ ਨੂੰ ਵਰਤਣਾ ਚਾਹੁੰਦੇ ਸੀਗੇ। ਉਹ ਕਹਿੰਦੇ ਸੀਗੇ ਵੀ ਬੰਦੀ ਸਿੰਘਾਂ ਦੀ ਗੱਲਬਾਤ ਨਾ ਕਰੋ, ਜਿਹੜੇ ਵੱਧ ਅਧਿਕਾਰਾਂ ਦੇ ਸੀਟਾਂ ਦੀ ਗੱਲ ਆ, ਜਿਸ ਤਰ੍ਹਾਂ ਭਾਗਵਤ ਸੁਣੋ ਗੱਲ, ਸੀਟਾਂ ਦਾ ਕਦੇ ਕੋਈ ਰੌਲਾ ਨਹੀਂ ਪਿਆ ਭਾਅ ਜੀ। ਮੈਂ ਤਾਂ ਬਿੱਟ ਸੀ ਬਾਗੀ ਸਾਥੀਆਂ ਦੀ, ਮੈਂ ਤੁਹਾਨੂੰ ਕਾਰਗੁਜ਼ਾਰੀ ਸਾਰੀ ਦੱਸ ਦਿਓ, ਸੀਟਾਂ ਦਾ ਕਦੇ ਰੌਲਾ ਹੀ ਨਹੀਂ ਤਾ। ਸਿੱਧੀ ਗੱਲ ਆ, ਭਾਖੜਾ ਡੈਮ 'ਚ ਸਾਡਾ ਮੈਂਬਰ ਸੀਗਾ ਉਹ ਉਹਨਾਂ ਨੇ ਬਾਹਰ ਕੱਢਤਾ। ਹੁਣ ਤੁਸੀਂ ਦੇਖੋ ਕਿ ਪੰਜਾਬੀਆਂ, ਹੁਣ ਦੱਸੋ BJP ਪੂਰੇ ਹਿੰਦੁਸਤਾਨ 'ਤੇ ਰਾਜ ਕਰ ਰਹੀ ਆ, ਅਤੇ ਗੁਰਦੁਆਰਿਆਂ ਦੀ ਲੋੜ ਪੈ ਗਈ ਉਹਨਾਂ ਨੂੰ? ਹਰਿਆਣੇ 'ਚ ਗੁਰਦੁਆਰਿਆਂ 'ਚ ਦਖਲਦਾ ਜੀ, ਦਿੱਲੀ 'ਚ, ਨੰਦੇੜ 'ਚ ਕਿਆ ਲੋੜ ਆ ਉਹਨਾਂ ਨੇ? ਹੁਣ ਉੱਥੇ ਕਾਣਾ ਉਸ ਕੇ ਜਥੇਦਾਰ ਅਪੁਆਇੰਟ ਕਰਨੇ ਹੈਗੇ, ਉਹਨਾਂ 'ਚ ਸਿੱਧੀ ਦਖਲਦਾਜੀ ਸ਼ੁਰੂ ਹੋ ਗਈ। ਸੋ ਸਾਡੇ ਪ੍ਰਧਾਨ ਦਾ ਕਲੀਅਰ ਕੱਟ ਸਟੈਂਡ ਸੀਗਾ ਵੀ ਜਦ ਤੱਕ ਇਹਨਾਂ ਮੁੱਦਿਆਂ ਦੇ ਉੱਤੇ ਸੈਟਿਸਫੈਕਸ਼ਨ ਨਹੀਂ ਹੁੰਦੀ ਪੰਜਾਬੀਆਂ ਨੂੰ, ਅਸੀਂ ਕੋਈ ਸਮਝੌਤਾ ਨਹੀਂ ਕਰਨਾ, ਚਾਹੇ ਇੱਕ ਸੀਟ ਮੰਗੇ BJP। ਇਹ ਕਲੀਅਰ ਕੱਟ ਕੋਰ ਕਮੇਟੀ ਦੇ ਮੀਟਿੰਗ 'ਚ ਸਿਰਫ ਇਹ 4-5 ਬੰਦੇ ਜਿਹੜੇ ਅੱਜ ਰੌਲਾ ਪਾਉਂਦੇ ਆ ਇਹ ਵਜਦ ਸੀਗੇ। ਮੈਂ ਵੀ ਸ਼ੁਰੂ 'ਚ ਚਾਹੁੰਦਾ ਸੀਗਾ ਵੀ BJP ਨਾਲ ਸਮਝੌਤਾ ਹੋਏ, ਪਰ ਅਸੀਂ ਕਦੇ ਵੀ ਇਹ ਨਹੀਂ ਕਿਹਾ ਵੀ ਇਹ ਮੁੱਦੇ ਛੱਡ ਕੇ ਜਿਹੜਾ ਸਮਝੌਤਾ ਹੋਏ। ਉਹ ਕਹਿੰਦੇ ਵੀ ਯਾਰ ਇੱਕ ਵਾਰੀ MP ਬਣ ਜਾਈਏ ਫਿਰ ਆਪਾਂ ਦੇਖ ਲਾਂ ਵੀ ਕਿਹੜੇ ਮੁੱਦੇ ਮਨਾਉਣੇ ਆ। ਪ੍ਰਧਾਨ ਜੀ ਕਹਿਣ ਲੱਗੇ ਵੀ ਜੇ ਆਪਾਂ ਇਹ ਸਾਰੇ ਮੁੱਦੇ ਛੱਡ ਕੇ BJP ਨਾਲ ਸਮਝੌਤਾ ਕਰਦੇ ਹਾਂ ਫਿਰ ਲੋਕ ਸਾਨੂੰ ਵੋਟ ਕਿਉਂ ਪਾਉਣ, ਫਿਰ BJP ਨੂੰ ਉਹਨਾਂ ਵੋਟ ਪਾ ਦੇਣ, ਫਿਰ ਆਪਾਂ ਵੀ BJP ਹੋ ਗਿਆ। ਪੰਜਾਬੀਆਂ ਦੀ ਲੜਾਈ, ਪੰਜਾਬ ਦੀ ਲੜਾਈ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਲੁੱਟਦਾ ਰਿਹਾ। ਪ੍ਰਧਾਨ ਜੀ ਚਾਹੁੰਦੇ ਸੀਗੇ ਕਿ ਅਸੀਂ ਪੰਜਾਬ ਦੇ ਨਾਲ ਡਟ ਕੇ ਖੜੀਏ, ਇਹ ਬੰਦੇ ਚਾਹੁੰਦੇ ਸੀਗੇ ਵੀ ਸਿਰਫ MP ਬਣਨ ਵਾਸਤੇ ਲੜੀਏ। ਹੁਣ ਚੰਦੂਮਾਜਰਾ ਸਾਹਿਬ ਆ, ਪਟਿਆਲਾ ਕਿਉਂ ਛੱਡਿਆ ਉਹਨਾਂ ਨੇ? ਉਹਨਾਂ ਨੂੰ ਸੀਗਾ ਵੀ ਮੈਂ ਪ੍ਰੈਸਰਾਈਜ਼ ਕਰਕੇ ਪ੍ਰਧਾਨ ਜੀ ਨੂੰ ਬਲੈਕਮੇਲ ਕਰਕੇ, ਪਾਰਟੀ ਨੂੰ ਬਲੈਕਮੇਲ ਕਰਕੇ BJP ਨਾਲ ਸਮਝੌਤਾ ਕਰਵਾ ਲੂੰਗਾ। ਅਨੰਦਪੁਰ ਸਾਹਿਬ 'ਚ ਹਿੰਦੂ ਵੋਟ ਜ਼ਿਆਦਾ ਹੈਗੀ, ਉਹ BJP ਕਰਕੇ ਪੈ ਜੂਗੀ, ਸਿੱਖ ਅਕਾਲੀ ਦਲ ਕਰਕੇ ਪੈ ਜੂਗੀ, ਮੈਂ MP ਬਣ ਜੂੰਗਾ, ਪੰਜਾਬ ਦਾ ਭੱਠਾ ਬੈਠੇ ਬੇੜਾ ਗਰਕ ਹੋਏ ਜੋ ਮਰਜ਼ੀ ਹੋ ਜੇ ਵੀ ਮੈਨੂੰ ਪਰਵਾਹ ਨਹੀਂ ਹੈਗੀ। ਉਹਨਾਂ ਨੇ ਪੂਰਾ ਦਬਾਅ ਪਾਇਆ। ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਹੜੇ ਇਸ ਗਰੁੱਪ ਦੇ ਲੋਕ ਨੇ, ਚਾਹੇ ਚੰਦੂਮਾਜਰਾ ਨੇ ਜਾਂ ਹੋਰ ਨੇ, ਉਹ ਸਿੱਧਾ ਸਿੱਧਾ BJP ਨਾਲ ਗੱਠਜੋੜ ਚਾਹੁੰਦੇ ਸੀ? ਭਾਅ ਜੀ ਅੱਜ ਕਿਆ ਹੋ ਰਿਹਾ, ਅੱਜ ਕਹਾਣੀ ਪੰਜਾਬ 'ਚ ਹੋ ਰਹੀ ਹੈ ਵੀ ਉਲਟਾ ਚੋਰ ਕੋਤਵਾਲ ਕੋ ਡਾਟੇ। ਤੁਸੀਂ ਇਕੱਲੇ ਇਕੱਲੇ ਦਾ ਦੇਖੋ ਭਾਅ ਜੀ, ਹੁਣ ਮੈਂ ਤੁਹਾਨੂੰ ਇੱਕ ਇੱਕ ਦੱਸਾਂ। ਮਲੂਕਾ ਸਾਹਿਬ ਆ, ਪਹਿਲਾਂ ਤਾਂ ਉਹ ਪਾਰਟੀ ਨਾਲ ਉਹਨੇ ਜ਼ੋਰ ਲਾਇਆ ਵੀ ਸਾਰੇ ਸਿਧਾਂਤ ਛੱਡ ਦਿਓ, BJP ਨਾਲ ਸਮਝੌਤਾ ਕਰੋ। ਜਦੋਂ ਨਹੀਂ ਕਰਿਆ, ਉਹਨਾਂ ਨੇ ਆਪਣੀ ਨੂੰਹ ਨੂੰ ਸਪੈਸ਼ਲ ਤੌਰ 'ਤੇ BJP ਜੁਆਇਨ ਕਰਵਾਈ ਔਰ BJP ਦੀ ਟਿਕਟ ਦਵਾਈ। ਉਹ ਕਹਿੰਦੇ ਨੇ ਮੇਰੇ ਤੋਂ ਗੁੱਸੇ ਹੋ ਕੇ ਜੁਆਇਨ ਕੀਤਾ ਧੱਕੇ ਨਾਲ। ਭਾਅ ਜੀ ਮੇਰੀ ਗੱਲ, ਜੇ ਉਹ ਗੁੱਸੇ ਹੋ ਕੇ ਜੁਆਇਨ ਕਰੀ ਤੀ, ਚਲੋ ਮੈਂ ਉਹਨਾਂ ਦੀ ਗੱਲ ਮੰਨ ਲਈ ਆ। ਬੜੇ ਸੀਨੀਅਰ ਲੀਡਰਾਂ, ਮਿਨਿਸਟਰ ਰਹੇ ਪਾਰਟੀ ਨੇ, ਬੜਾ ਕੁਛ ਉਹਨਾਂ ਨੂੰ ਬਖਸ਼ਿਆ। ਉਹਨਾਂ ਨੇ ਆਪਣੀ ਨੂੰਹ ਨੂੰ BJP ਤੋਂ ਲੜਾ ਲਿਆ ਤਾ, ਜੇ ਗੁੱਸੇ ਹੋ ਕੇ ਲੜੀ ਆ ਤਾਂ ਮਲੂਕਾ ਸਾਹਿਬ ਨੂੰ ਕਿਹਨੇ ਲੋਕਿਆ ਤਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਪ੍ਰਚਾਰ ਕਰਨ ਤੋਂ? ਚਲੋ ਮੈਂ ਵੀ ਕਹਿ ਰਿਹਾ ਵੀ ਮਜਬੂਰੀ ਹੋਈ, ਲੋਕ ਕਹਿਣਗੇ ਵੀ ਆਪਣੀ ਨੂੰਹ ਦੇ ਖਿਲਾਫ਼ ਵੋਟਾਂ ਮੰਗ, ਬਠਿੰਡੇ 'ਚ ਨਾ ਕਰਦੇ, ਫਰੀਦਕੋਟ 'ਚ ਕਿਹਨੇ ਰੋਕਿਆ ਤਾ ਉਹਨਾਂ ਨੂੰ?
ਪਟਿਆਲੇ ਚ ਕਿਹਨੇ ਰੋਕਿਆ ਦਾ ਪ੍ਰਚਾਰ ਕਰਨ ਅੰਦਰੋਂ ਬੀਜੇਪੀ ਅਨੰਦਪੁਰ ਸਾਹਿਬ ਤੋਂ ਕਿਹਨੇ ਰੋਕਿਆ ਦਾ ਤੁਹਾਨੂੰ ਮੁਲਕਾ ਸਾਹਿਬ ਦੇ ਅੰਦਰ ਬੀਜੇਪੀ ਝਲਕਦੀ ਹੈ 100% ਭਾਜੀ ਉਹਨਾਂ ਨੇ ਆਪਣੀ ਨੂੰਹ ਨੂੰ ਉੱਥੇ ਭੇਜਿਆ ਨੂੰਹ ਨੂੰ ਬੀਜੇਪੀ ਤੋਂ ਚੋਣ ਲੜਾਈ ਬੀਜੇਪੀ ਨੂੰ ਕਿਹਾ ਵੀ ਇਹਦੇ ਪਿੱਛੇ ਪਿੱਛੇ ਮੈਂ ਆਵਾਂਗਾ ਕੰਮ ਚੱਲਣ ਦਿਓ ਅੱਜ ਵੀ ਤੁਸੀਂ ਦੇਖੋ ਵੀ ਉਹਨਾਂ ਦੇ ਹੀ ਆ ਫਿਰ ਤੁਸੀਂ ਚੰਦੂਮਾਜਰਾ ਸਾਹਿਬ ਦੀ ਦੇਖੋ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਅਤੇ ਚੰਦੂਮਾਜਰਾ ਸਾਹਿਬ ਇਕੱਠੇ ਬੈਠੇ ਸੀ ਇਹ ਅਸਲੀਅਤ ਆ ਉਹਨੂੰ ਕਹਿ ਦੇ ਵੀ ਨੇਮ ਕਰਦੇ ਇਸ ਗੱਲ ਦੀ ਅਕਾਲ ਤਖ਼ਤ ਸਾਹਿਬ 'ਤੇ ਚੜ੍ਹ ਕੇ ਕਰਦੇ ਮੈਨੂੰ ਸੁਖਵੀਰ ਜੀ ਕਹਿਣ ਲੱਗੇ ਵੀ ਤੁਸੀਂ ਪਟਿਆਲੇ ਤੋਂ ਚੋਣ ਲੜੋ ਮੈਂ ਕਿਹਾ ਜੀ ਚੰਦੂਮਾਜਰਾ ਸਾਹਿਬ ਕੋਲ ਦੋ ਹਲਕੇ ਪਟਿਆਲੇ 'ਚ ਆ ਸਨੌਰ ਵੀ ਉਹਨਾਂ ਕੋਲ ਆ ਘਨੌਰ ਵੀ ਉਹਨਾਂ ਕੋਲ ਮੈਂ ਕਿਹਾ ਚੰਦੂਮਾਜਰਾ ਸਾਹਿਬ ਆਪਣੇ ਹਲਕੇ ਛੱਡ ਕੇ ਅਨੰਦਪੁਰ ਸਾਹਿਬ 'ਚ ਕਿਉਂ ਜਾ ਰਹੇ ਹਾਂ ਪਟਿਆਲੇ 'ਚ ਲੜਾਓ ਮੇਰਾ ਹਲਕਾ ਹੈਗਾ ਮੈਨੂੰ ਇੱਕ ਤੋਂ ਵੱਧ ਦੋ ਹਲਕੇ ਦੇ ਦਿਓ ਮੈਂ ਮਦਦ ਕਰੂੰਗਾ ਤੇ ਮੈਨੂੰ ਕਹਿਣ ਲੱਗੇ ਵੀ ਚੰਦੂਮਾ ਨਹੀਂ ਨਹੀਂ ਜੀ ਮੈਂ ਤਾਂ ਅਨੰਦਪੁਰ ਸਾਹਿਬ ਤੋਂ ਲੜੂੰਗਾ ਤੁਸੀਂ ਪਟਿਆਲੇ ਲੜਿਓ ਯਾਨੀ ਪਾਰਟੀ ਪਟਿਆਲਾ ਤੋਂ ਲੜਾਉਣਾ ਚਾਹੁੰਦੀ ਸੀ ਉਹਨਾਂ ਨੂੰ 200% ਸੁਖਵੀਰ ਬਾਦਲ ਜੀ ਵਿੱਚ ਬੈਠੇ ਤੇ ਕਹਿੰਦੇ ਸੌਂ ਖਾਵਾ ਮੈਂ ਸੁਖਵੀਰ ਬਾਦਲ ਤੇ ਚੰਦੂਮਾਜਰਾ ਸਾਹਿਬ ਤਿੰਨੇ ਗੱਡੀ 'ਚ ਤੇ ਮੈਂ ਸੁਖਵੀਰ ਜੀ ਨੂੰ ਕਿਹਾ ਮੈਂ ਕਿਹਾ ਜੀ ਮੈਨੂੰ ਚੰਦੂਮਾਜਰਾ ਸਾਹਿਬ ਨੇ ਹਰਾ ਦੇਣਾ ਜੇ ਤੁਸੀਂ ਮੈਨੂੰ ਟਿਕਟ ਦੇ ਦੀ ਮੈਂ ਇਹਨਾਂ ਦੇ ਮੂੰਹ 'ਤੇ ਕਹਿ ਰਿਹਾ ਹੈਗਾ ਲੈ ਸੌਂ ਖਾ ਕੇ ਕਹਿ ਸਕਦਾ ਮੈਨੂੰ ਕਹਿਣ ਕਿ ਮੈਂ ਕਿਸ ਤਰ੍ਹਾਂ ਹਰਾ ਦਿਓ ਮੈਂ ਕਿਹਾ ਤੁਸੀਂ ਕਰਕੇ ਦੂਸਰੀ ਪਾਰਟੀਆਂ ਨਾਲ ਸੌਦਾ ਸਾਰੇ ਬੰਦੇ ਲੈ ਕੇ ਅਨੰਦਪੁਰ ਸਾਹਿਬ ਚੱਲਿਆ ਜਾਣਾ ਮੈਨੂੰ ਕੋਈ ਨਹੀਂ ਲੱਭਣਾ ਉੱਥੇ ਤੁਸੀਂ ਕਹਿ ਤਾ ਹਾਂ ਮੂੰਹ 'ਤੇ ਹੋਈ ਗੱਲ ਸੁਖਵੀਰ ਜੀ ਅਤੇ ਮੈਂ ਅਤੇ ਚੰਦੂਮਾਜਰਾ ਸਾਹਿਬ ਤਿੰਨੋਂ ਸੀਗੇ ਉਹੀ ਹੋਇਆ ਮੈਨੂੰ ਚੋਣ ਲੜਾ ਦੀ ਸਾਰੀ ਫੌਜ ਸਰਕਲ ਪ੍ਰਧਾਨ ਲੈ ਕੇ ਤੁਸੀਂ ਅੰਬ ਸਾਹਿਬ ਗੁਰਦੁਆਰਾ ਦੇਖੋ ਸਾਰੇ ਕਮਰੇ ਇਹਨੇ ਪਟਿਆਲੇ ਜ਼ਿਲ੍ਹੇ ਦੇ ਅਹੁਦੇਦਾਰਾਂ ਦੇ ਭਰੇ ਹੋਏ ਤੇ ਅਨੰਦਪੁਰ ਸਾਹਿਬ ਸਾਰੇ ਭਰੇ ਹੋਏ ਪਟਿਆਲਾ ਕਿਉਂ ਨਹੀਂ ਲੜਨਾ ਚਾਹੁੰਦੇ ਸੀ ਬੀਜੇਪੀ ਨੇ ਉਹਨਾਂ ਨੂੰ ਆਫਰ ਕਰ ਦਿਆ ਵੀ ਸਮਝੌਤਾ ਹੋ ਜਾਣਾ ਤੂੰ ਇੱਥੋਂ ਜਿੱਤ ਜਾਣਾ ਪਟਿਆਲੇ 'ਚ ਮਹਾਰਾਣੀ ਪਰਨੀਤ ਕੌਰ ਨੂੰ ਲੜਾਵਾਂਗੇ ਉਹ MP ਬਣ ਜੂਗੀ ਇਹ ਆਪਣੇ ਹੀ ਤਾਣੇ ਬਾਣੇ ਜੋੜ ਕੇ ਉੱਥੇ ਚਲੇ ਗਏ ਇਹਨੂੰ ਥੋੜ੍ਹੀ ਪਤਾ ਤਾਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਪ੍ਰਿੰਸੀਪਲ ਅਸੂਲਾਂ ਅਤੇ ਮੁੱਦਿਆਂ 'ਤੇ ਅੜ ਜਾਣਗੇ ਸਾਰੀ ਗੱਲਬਾਤ ਇਹੀ ਹੋਈ ਫਿਰ ਕੱਲ੍ਹ ਮੈਂ ਤਾਂ ਹੈਰਾਨ ਰਹਿ ਗਿਆ ਦੇਖੋ ਤੁਸੀਂ ਮੇਰੇ ਕੋਲ ਕਿਹਾ ਤਾਂ ਮੈਂ ਤਾਂ ਜੀਰਕਪੁਰ ਤੋਂ ਲੜਦਾ ਤਾਂ ਮੋਹਾਲੀ ਜ਼ਿਲ੍ਹੇ 'ਚ ਤਾਂ ਮੇਰੀ ਡਿਊਟੀ ਪਾਰਟੀ ਨੇ ਲਾ ਤੀ ਕੱਲ੍ਹ ਉਹ ਟੋਡਰ ਮਾਜਰਾ ਜੀ ਕਿਆ ਕਹਿ ਰਹੇ ਤੇ ਉੱਥੇ ਤੁਸੀਂ ਦੇਖੋ ਵੀ ਇੱਕ ਅਕਾਲੀ ਦਲ ਦਾ ਸੀਨੀਅਰ ਲੀਡਰ ਮਿਨਿਸਟਰ ਬਣਿਆ ਵਾ ਉਹਦਾ ਭਰਾ ਅੰਮ੍ਰਿਤਸਰ ਦੇ ਅੰਦਰ ਇੱਕ ਬੀਜੇਪੀ ਦੇ ਕੈਂਡੀਡੇਟ ਦੀ ਕੰਪੇਨ ਚਲਾਈ ਉਹਨੂੰ ਫੰਡ ਦੇ ਇਸ ਤੋਂ ਮਾੜੀ ਗੱਲਬਾਤ ਕਿਆ ਹੋਊਗੀ ਦੱਸੋ ਤੁਸੀਂ ਹੁਣ ਢੀਂਡਸਾ ਸਾਹਿਬ ਆ ਪਾਰਟੀ ਜੁਆਇਨ ਕਰ ਲਈ ਉਹਨੇ ਮੇਰੇ ਤਾਂ ਬਹੁਤ ਪੁਰਾਣੇ ਬਜ਼ੁਰਗਾਂ ਮੇਰੇ ਅਕਾਲੀ ਦਲ ਜੁਆਇਨ ਕਰਨ ਤੋਂ ਪਹਿਲਾਂ ਦੇ ਉਸ ਪਰਿਵਾਰ ਨਾਲ ਰਿਲੇਸ਼ਨ ਹੈਗੇ ਆ ਸਾਰੇ ਹਾਂ ਅਸੀਂ ਵੀ ਬੜੀ ਕੋਸ਼ਿਸ਼ ਕਰੀ ਵੀ ਉਹ ਪਾਰਟੀ ਜੁਆਇਨ ਕਰਨ ਸੁਖਵੀਰ ਬਾਦਲ ਜੀ ਘਰ ਗਏ ਵਾਪਸ ਆ ਗਏ ਮੈਂ ਤੁਹਾਨੂੰ ਅੰਦਰ ਦੀ ਗੱਲ ਮੈਂ ਵਿੱਚ ਸੀਗਾ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪਹਿਲੇ ਦਿਨ ਦੱਸ ਦਿਆ ਵੀ ਅਸੀਂ ਇਕਬਾਲ ਸਿੰਘ ਝੁੰਦਾ ਜੀ ਨੂੰ ਇੱਕ ਸਾਲ ਪਹਿਲਾਂ ਅਨਾਊਂਸ ਕਰ ਚੁੱਕੇ ਹਾਂ ਉਹ ਪਿੰਡਾਂ 'ਚ ਘੁੰਮ ਰਿਹਾ ਵੀ ਮੈਂ ਟਿਕਟ ਨਹੀਂ ਦੇ ਸਕਣੀ ਉੱਥੇ ਗੱਲਬਾਤ ਹੋਈ ਹਾਂ ਚਲੋ ਗੱਲਬਾਤ ਚਲੋ ਸੁਣ ਦਿਓ ਗੱਲ ਜੀ ਚਲੋ ਮੈਂ ਇਹ ਵੀ ਮੰਨ ਲਿਆ ਵੀ ਨਹੀਂ ਵੀ ਕਿਹਾ ਫਿਰ ਸੁਖਵੀਰ ਜੀ ਨੇ ਕੋਰ ਕਮੇਟੀ 'ਚ ਗੱਲਬਾਤ ਕਰੀ ਸੁਖਵੀਰ ਜੀ ਨੇ ਫੈਸਲਾ ਕਰਿਆ ਵੀ ਆਪਾਂ ਪਰਮਿੰਦਰ ਢੀਂਡਸੇ ਨੂੰ ਪਟਿਆਲੇ ਤੋਂ ਲੜਾ ਦਿੰਦੇ ਹਾਂ ਰਖੜਾ ਸਾਹਿਬ ਨੇ ਉਹਨਾਂ ਨੂੰ ਫੋਨ ਕਰਿਆ ਵੀ ਤੁਸੀਂ ਪਟਿਆਲੇ ਤੋਂ ਲੜੋ ਮੈਂ ਫੋਨ ਕਰਿਆ ਉਹਨਾਂ ਨੂੰ ਪਟਿਆਲੇ ਤੋਂ ਲੜੋ ਮੈਂ ਘਰ ਜਾ ਕੇ ਆਇਆ ਪਟਿਆਲੇ ਤੋਂ ਲੜੋ ਮੈਂ ਉਹਨਾਂ ਦੇ ਰਿਸ਼ਤੇਦਾਰ ਨੂੰ ਫੋਨ ਕਰਿਆ ਵੀ ਤੁਸੀਂ ਪਟਿਆਲੇ ਤੋਂ ਲੜੋ ਸੰਗਰੂਰ ਤੋਂ ਵੱਧ ਸੇਫ ਸੀਟ ਆ ਪਟਿਆਲੇ ਇਹ ਗੱਲ ਉਹਨਾਂ ਦੇ ਗੁੱਸੇ ਹੋਣ ਤੋਂ ਬਾਅਦ ਹੀ ਕਰ ਰਹੇ ਹੋ ਤੁਸੀਂ ਜਦੋਂ ਝੁੰਡਾ ਟਿਕਟ ਦਾ ਐਲਾਨ ਹੋ ਗਿਆ ਪਹਿਲਾਂ ਨਾ 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 ਗੁੱਸਾ ਆਉਣੇ ਵਾਲੀ ਤਾਂ ਜਦ ਗੱਲੇ ਨਹੀਂ ਦੀ ਕੋਈ ਝੁੰਡਾ ਸਾਹਿਬ ਦੀ ਝੁੰਡਾ ਸਾਹਿਬ ਦੀ ਝੁੰਡਾ ਸਾਹਿਬ ਦੀ ਟਿਕਟ ਅਨਾਊਂਸ ਹੋਣ ਤੋਂ ਪਹਿਲਾਂ ਮੈਂ ਘੱਟ ਤੋਂ ਘੱਟ ਪਟਿਆਲਾ ਆਫਰ ਕੀਤੀ ਤੁਸੀਂ ਦੇਖੋ ਮੈਂ ਪ੍ਰਮਾਤਮਾ ਦੀ ਸੌਂਹ ਖਾ ਕੇ ਕਹਿ ਸਕਦਾ ਜੀ ਮੈਂ ਪਰਮਿੰਦਰ ਜੀ ਨੂੰ ਫੋਨ ਕਰਿਆ ਮੈਂ ਕਿਹਾ ਵੀਰ ਜੀ ਸੰਗਰੂਰ ਤੋਂ ਵੱਧ ਸੇਫ ਸੀਟ ਪਟਿਆਲਾ ਹੈਗੀ ਆ ਤੁਸੀਂ ਆ ਕੇ ਪਟਿਆਲਾ ਲੜੋ ਔਰ ਮੈਂ ਡਟ ਕੇ ਤੁਹਾਡੇ ਨਾਲ ਆਪਣੇ ਹਲਕਿਆਂ 'ਤੇ ਖਰਚਾ ਵੀ ਕਰੂੰ ਸਭ ਕੁਝ ਕਰੂੰਗਾ ਤੁਹਾਨੂੰ ਸਾਰੇ ਬੰਦੇ ਸਾਰੀ ਟੀਮ ਨਾਲ
ਗੱਲਬਾਤ ਕਰੀ ਵੀ ਆਪਾਂ ਪਰਮਿੰਦਰ ਨੂੰ ਲੜਾਈਏ, ਸਾਰੇ ਐਗਰੀ ਹੋਏ। ਉਸ ਤੋਂ ਬਾਅਦ ਉਹਨਾਂ ਦੇ ਇੱਕ ਰਿਲੇਸ਼ਨ 'ਚ ਆ ਘੁੰਮਣ, ਸਾਡੇ ਕੋਮਨ ਫਰੈਂਡ ਆ। ਮੈਂ ਅਮਰੀਕਾ ਫੋਨ ਕਰਿਆ, ਮੈਂ ਕਿਹਾ ਜੀ ਤੁਸੀਂ ਪਰਮਿੰਦਰ ਜੀ ਨੂੰ ਮਨਾਓ, ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਚਾਹ ਰਹੇ ਹਾਂ ਵੀ ਆਪਾਂ ਪਟਿਆਲੇ ਤੋਂ ਇਲੈਕਸ਼ਨ ਲੜੀਏ। ਉਹ ਕਹਿੰਦੇ ਮੈਂ ਇਲੈਕਸ਼ਨ ਹੀ ਨਹੀਂ ਲੜਨਾ ਪਟਿਆਲੇ ਤੋਂ ਹੀ ਲੜਨਾ, ਕਹਿੰਦੇ ਮੈਂ ਲੜਨਾ ਹੀ ਨਹੀਂ। ਹਾਂ ਨਾ, ਕਹਿੰਦੇ ਵੀ ਮੈਂ ਤਾਂ ਪਟਿਆਲੇ ਤੋਂ ਲੜਨਾ ਹੀ ਨਹੀਂ, ਪਟਿਆਲੇ ਤੋਂ ਹੀ ਲੜਨਾ ਮੈਨੂੰ ਜੋ ਕਿਹਾ, ਠੀਕ ਹੈ ਨਾ, ਸੱਚੀ ਗੱਲ। ਤੁਸੀਂ ਦੇਖੋ ਉਹਨਾਂ ਨੇ ਕਿਹਾ ਕਿ ਮੈਂ ਸੰਗਰੂਰ ਤੋਂ ਲੜਨਾ। ਹਾਂ, ਇਹ ਕਹਿੰਦੇ ਤੇ ਵੀ ਯਾਰ ਮੇਰੇ ਪ੍ਰੈਸ ਜਿਹੜੇ ਵਰਕਰ ਆ ਸਾਡੇ ਉਹਨਾਂ ਦਾ ਪ੍ਰੈਸ਼ਰ ਹੈਗਾ ਵੀ ਸੰਗਰੂਰ ਤੋਂ ਲੜਾਂ ਪਰ ਪਟਿਆਲੇ ਤੋਂ ਨਹੀਂ ਲੜਨਾ। ਇੱਕ ਹੁਣ ਮੇਰੀ ਗੱਲ ਸੁਣੋ ਯਾਰ, ਮੈਂ ਇੱਕ ਪਾਰਟੀ ਦਾ ਵਰਕਰ ਹਾਂ, ਪਾਰਟੀ ਨੇ ਮੈਨੂੰ ਤਾਕਤ ਦੇਈ, ਮੈਂ ਲੋਕਾਂ ਦੀ ਸੇਵਾ ਕਰੀ, ਮੈਨੂੰ ਮਨਿਸਟਰ ਬਣਾਇਆ। ਜੇ ਮੈਨੂੰ ਪਾਰਟੀ ਕਿਤੇ ਕੋਈ ਕਨਫਲਿਕਟ ਆ ਗਿਆ ਦੋ ਉਮੀਦਵਾਰਾਂ ਦਾ, ਪਾਰਟੀ ਮੈਨੂੰ ਕਹੇ ਵੀ ਸ਼ਰਮਾ ਜੀ ਤੁਸੀਂ ਮੋਹਾਲੀ ਲੜਨਾ, ਇਹ ਤੁਹਾਡੀ ਡਿਊਟੀ ਹੈ, ਮੈਨੂੰ ਬੁਲਾ ਕੇ ਸੁਖਬੀਰ ਜੀ ਨੇ ਕਹਿ ਦਿਆ ਵੀ ਇਹ ਹੁਕਮਨਾਮਾ, ਤੁਸੀਂ ਇਲੈਕਸ਼ਨ ਲੜਨਾ ਹੈਗਾ ਇੱਕ ਮਹੀਨਾ ਪਹਿਲਾਂ, ਠੀਕ ਹੈ ਨਾ। ਮੈਨੂੰ ਤਾਂ ਚੰਦੂ ਮਾਜਰਾ ਸਾਹਿਬ ਨੇ ਉੱਥੇ ਅੱਟੀ ਸੱਟੀ ਹੋ ਗਈ ਬੀਜੇਪੀ ਦੀ, ਤਾਂ ਭੱਜ ਕੇ ਅਨੰਦਪੁਰ ਸਾਹਿਬ ਵੜ ਗਏ, ਅਦਰਵਾਈਜ਼ ਮੈਨੂੰ ਤਾਂ ਸੀਗਾ। ਚਲੋ ਇਹਨਾਂ ਦਾ ਮੰਨ ਗਏ ਤੇ ਰੱਖੜਾ ਸਾਹਿਬ ਤਾਂ ਬੜੇ ਨੇੜੇ ਮੰਨੇ ਜਾਂਦੇ ਸੀ। ਦੇਖੋ ਰੱਖੜਾ ਸਾਹਿਬ ਨੇ, ਇਹਨੀ ਪਰਮਾਤਮਾ ਜਾਣਦਾ, ਮੈਂ ਸਹੁੰ ਖਾ ਕੇ ਕਹਿ ਸਕਦਾ, ਉਹਨੇ ਮੀਟਿੰਗ ਕਰੀ, ਮੈਨੂੰ ਨਹੀਂ ਪਤਾ, ਮੈਂ ਇਲੈਕਸ਼ਨ ਲੜਨੀ ਨਹੀਂ ਸੀ, ਮੈਂ ਤਾਂ ਬਾਹਰ ਗਿਆ ਹੋਇਆ ਸੀਗਾ, ਇਹਨਾਂ ਨੇ ਮੈਨੂੰ ਬੁਲਾਇਆ। ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਰੱਖੜਾ ਜੀ, ਇਹਨਾਂ ਨੇ ਕੋਰ ਕਮੇਟੀ 'ਚ ਗੱਲਬਾਤ ਕਰੀ, ਦੋਨਾਂ ਨੇ ਬੈਠ ਕੇ ਸਲਾਹ ਕਰੀ ਵੀ ਐਨ ਕੇ ਸ਼ਰਮਾ ਬੈਸਟ ਕੈਂਡੀਡੇਟ ਆ, ਮੈਂ ਕੋਈ ਬੈਸਟ ਨਹੀਂ ਤਾਂ, ਕਿਉਂਕਿ ਰੱਖੜ ਤਾਂ ਬਾਕੀ ਕਿਉਂ ਹੋਏ, ਮਤਲਬ ਉਹਦੇ ਪਿੱਛੇ ਤੁਸੀਂ ਬਾਕੀ ਪਿੱਛੇ ਬੀਜੇਪੀ ਤੁਸੀਂ ਕਨੈਕਸ਼ਨ ਜੋੜਤਾ, ਇਹਨਾਂ ਦੇ ਪਿੱਛੇ ਕਿਹੜਾ ਕਨੈਕਸ਼ਨ? ਭਾਅ ਜੀ ਦੇਖੋ ਮੈਂ ਤੁਹਾਨੂੰ ਸੱਚੀ ਦੱਸਾਂ, ਆਹ ਜਿਹੜਾ ਟੋਲਾ ਨਾ ਜੀ, ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ, ਇਹ ਸਿਰਫ ਇਹਦੇ ਪਿੱਛੇ ਜਿਹੜੇ ਨਾ ਜੀ ਚੱਕੀ ਹੋਈ ਨੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਤੁਸੀਂ ਦੇਖੋ ਵੀ ਜਿਹੜੇ ਬੰਦੇ ਅੰਮ੍ਰਿਤਸਰ ਕੈਂਡੀਡੇਟ ਨੂੰ ਫੰਡ ਦੇ ਸਕਦੇ ਆ, ਉਹਦੀ ਕੰਪੇਨ ਚੱਲ ਸਕਦੇ ਆ, ਅਮਰੀਕਾ ਤੋਂ ਸਪੈਸ਼ਲੀ ਇਹਨਾਂ ਦਾ ਭਰਾ ਪੰਜਾਬ ਆਉਂਦਾ ਆ, ਉਹਨੂੰ ਮਿਲਦਾ ਆ, ਉਹਨੂੰ ਫੰਡ ਦਿੰਦੇ ਆ। ਹਾਂ, ਤੇ ਅਮਿਤ ਸ਼ਾਹ ਜੀ ਨਾਲ ਮੀਟਿੰਗਾਂ ਕਰਵਾ ਕੇ ਫੋਟੋਆਂ ਤਰਵਾਉਂਦੇ ਆ ਦਿੱਲੀ 'ਚ, ਉਹ ਫੋਟੋਆਂ ਨੂੰ ਜਾਰੀ ਕਰਦੇ ਆ, ਫਿਰ ਦਫ਼ਤਰ 'ਚ ਬੈਠ ਕੇ ਪ੍ਰਚਾਰ ਕਰਦੇ ਆ ਵੀ ਅਕਾਲੀ ਦਲ ਨਾਲੋਂ ਬੀਜੇਪੀ ਬੈਟਰ ਆ ਯਾਰ, ਬੀਜੇਪੀ ਬੈਟਰ ਆ, ਜੇ ਬੀਜੇਪੀ ਨਾਲ ਸਮਝੌਤਾ ਹੋਇਆ ਅਕਾਲੀ ਦਲ ਖਤਮ ਨਹੀਂ ਹੋ ਜੂਗਾ, ਇਸ ਤਰ੍ਹਾਂ ਦੇ ਪ੍ਰਚਾਰ ਕਰਦੇ ਆ। ਕਰਦੇ ਮਤਲਬ ਰੱਖੜਾ ਸਾਹਿਬ ਦੀ ਗੱਲ ਕਰ ਰਿਹਾ ਮੈਂ, ਸੁਰਜੀਤ ਸਿੰਘ ਰੱਖੜਾ। ਸੁਰਜੀਤ ਸਿੰਘ ਰੱਖੜਾ, ਇਹਨਾਂ ਦਾ ਭਰਾ ਅਮਰੀਕਾ ਤੋਂ ਆਇਆ ਇਲੈਕਸ਼ਨਾਂ 'ਚ, ਤਰਨਦੀਪ ਸੰਧੂ ਨੂੰ ਅੰਮ੍ਰਿਤਸਰ ਮਿਲਣ ਗਿਆ, ਉੱਥੇ ਫੰਡ ਦੇ ਕੇ ਆਇਆ, ਉਹਦੀ ਕੰਪੇਨ 'ਚ ਰਿਹਾ। ਪਹਿਲਾਂ ਤਾਂ ਮੇਰੀ ਗੱਲ ਸੁਣੋ, ਮੈਂ ਤਾਂ ਇੱਕ ਬੇਨਤੀ ਕਰਦਾ ਵੀ ਕੱਲ੍ਹ ਨੂੰ ਇਹਨਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਜਾਣਾ ਹੈਗਾ, ਸਾਰੇ ਟੋਲੇ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਪੰਜਾਬੀਆਂ ਦੀ ਤਸੱਲੀ ਕਰਵਾਉਣ ਵਾਸਤੇ ਤੁਸੀਂ ਗੁਰਦੁਆਰਾ ਸਾਹਿਬ 'ਚ ਇੱਥੇ ਅਕਾਲ ਤਖ਼ਤ ਸਾਹਿਬ 'ਤੇ ਹੀ ਘੱਟ ਤੋਂ ਘੱਟ ਪਹਿਲਾਂ ਇਹ ਜਾ ਕੇ ਸਹੁੰ ਤਾਂ ਖਾਓ ਸਾਰੇ ਵੀ ਐਮ ਪੀ ਚੋਣਾਂ ਦੇ ਅੰਦਰ ਤੁਸੀਂ ਅਕਾਲੀ ਦਲ ਨੂੰ ਹਰਾਉਣ ਵਾਸਤੇ ਪੂਰਾ ਜ਼ੋਰ ਲਾਇਆ ਕਿ ਨਹੀਂ ਲਾਇਆ? ਚਲੋ ਨਹੀਂ ਲਾਇਆ ਤਾਂ ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਸਹੁੰ ਖਾ ਕੇ ਕਹੋ ਵੀ ਇਹਨਾਂ ਐਮ ਪੀ ਚੋਣਾਂ 'ਚ ਇਸ ਬਾਗੀ ਟੋਲੇ ਨੇ ਅਕਾਲੀ ਦਲ ਦੀ ਮਦਦ ਕਰੀ ਕਿ ਨਹੀਂ ਕਰੀ? ਚਲੋ ਮੈਂ ਮੰਨ ਲਊਂਗਾ। ਮਲੂਕਾ ਸਾਹਿਬ ਤਾਂ ਕਹਿੰਦੇ ਮੈਂ ਤਾਂ ਸਹੁੰ ਪਾਉਣਾ ਵੀ ਵੋਟਾਂ ਮੈਂ ਨਹੀਂ ਪਾਈਆਂ। ਚੰਦੂ ਮਾਜਰਾ ਸਾਹਿਬ, ਬੀਬੀ ਜਗੀਰ ਕੌਰ ਜੀ, ਢੀਂਡਸਾ ਸਾਹਿਬ ਸਹੁੰ ਖਾ ਕੇ ਕਹਿਣ ਵੀ ਇਹਨਾਂ ਨੇ ਅਕਾਲੀ ਦਲ ਨੂੰ ਹਰਾਉਣ ਵਾਸਤੇ ਜ਼ੋਰ ਲਾਇਆ ਕਿ ਨਹੀਂ ਲਾਇਆ? ਜਿਹੜੇ ਬੰਦਿਆਂ ਨੇ ਐਮ ਪੀ ਚੋਣਾਂ ਦੇ ਅੰਦਰ ਆਹ ਲੰਘੀ ਹੋਈ ਚੋਣਾਂ 'ਚ ਦੱਬ ਕੇ ਸ਼੍ਰੋਮਣੀ ਅਕਾਲੀ ਦਲ ਨੂੰ, ਮੈਂ ਤਾਂ ਕੋਰ ਕਮੇਟੀ 'ਚ ਕਿਹਾ ਪ੍ਰਧਾਨ ਜੀ ਨੂੰ, ਪਰ ਉਹ ਤਾਂ ਕਹਿੰਦੇ ਸੀ ਅਕਾਲੀ ਦਲ ਬਚਾਉਣਾ, ਮੈਂ ਕਹਿੰਦੇ ਕਿ ਅਕਾਲੀ ਦਲ ਬਚਾਓ ਲਹਿਰ ਚਲਾ ਰਹੇ ਹਾਂ ਅਸੀਂ, ਅਕਾਲੀ ਦਲ ਬਚਾਉਣਾ ਕਹਿੰਦੇ। ਜਿਹੜੇ ਬੰਦਿਆਂ ਦਾ ਸਿਰ ਧੜ ਦੀ ਬਾਜੀ ਲੱਗੀ ਵੀ ਤੀ ਐਮ ਪੀ ਚੋਣਾਂ ਦੇ ਅੰਦਰ ਅਕਾਲੀ ਦਲ ਨੂੰ ਡਬੋਣ ਦੀ, ਉਹ ਅੱਜ ਅਕਾਲੀ ਦਲ ਨੂੰ ਕਿਸ ਤਰ੍ਹਾਂ ਬਚਾਉਣਗੇ? ਤੁਸੀਂ ਮੈਨੂੰ ਦੱਸੋ, ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਦੇ ਦੋ ਹਲਕੇ ਤੇ। ਉਹ ਤਾਂ ਕਹਿੰਦੇ ਸੀ ਪ੍ਰਧਾਨ ਵੀ ਨਹੀਂ ਬਣਨਾ ਕਿਸੇ ਨੇ, ਉਹਨਾਂ ਨੇ ਕੋਈ ਪ੍ਰਧਾਨ ਨਹੀਂ ਬਣਨਾ ਚਾਹੁੰਦੇ। ਤੁਸੀਂ ਨਾ ਇੱਕ ਚੀਜ਼ ਸੁਣੋ, ਦੋ ਹਲਕੇ ਸੀਗੇ ਚੰਦੂ ਮਾਜਰਾ ਸਾਹਿਬ ਕੋਲ ਪਟਿਆਲੇ 'ਚ, ਦੋ ਹਲਕੇ ਤੇ ਨਾ ਜੀ, ਦੋ ਹਲਕਿਆਂ ਦੇ ਇੰਚਾਰਜ ਤੇ ਉਹ ਆਪ ਲੜੀ, ਉਹਨਾਂ ਦਾ ਮੁੰਡਾ ਲੜਿਆ, ਮੇਰੇ ਨਾਲ ਸੁਖਬੀਰ ਬਾਦਲ ਜੀ ਦੇ ਸਾਹਮਣੇ ਕਮਿਟਮੈਂਟ ਕਰੀ ਵੀ ਮੇਰਾ ਬੇਟਾ ਹਰਿੰਦਰ ਚੰਦੂ ਮਾਜਰਾ ਦੋ ਦਿਨ ਮੋਹਾਲੀ ਲਾਊਗਾ, ਚਾਰ ਦਿਨ ਆਪਣੇ ਹਲਕੇ 'ਚ ਲਾਊਗਾ।
ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਤੁਸੀਂ ਇੱਕ ਸੀਨੀਅਰ ਲੀਡਰ ਪੂਰੇ ਪੰਜਾਬ ਦਾ ਦੱਸ ਦਿਓ ਮੇਰੀ ਕੰਪੇਨ ਕਰਨ ਆਏ ਹੋਏ, ਇੱਕ ਦਿਨ ਇੱਕ 15 ਮਿੰਟ ਵਾਸਤੇ ਆਏ ਹੋਏ। ਮੈਂ ਮਿੰਨਤਾਂ ਕਰੀਆਂ ਚੰਦੂ ਮਾਜਰਾ ਸਾਹਿਬ ਦੀਆਂ ਵੀ ਪਟਿਆਲੇ 'ਚ ਰੈਲੀ ਆ, ਤੁਸੀਂ ਨਹੀਂ ਆ ਸਕਦੇ, ਤੁਸੀਂ ਆਪਣੇ ਮੁੰਡੇ ਨੂੰ 15 ਮਿੰਟ ਵਾਸਤੇ ਤਾਂ ਮੇਰੇ ਕੋਲ ਭੇਜ ਦਿਓ। ਪਰ ਸੌਦਾ ਹੋਇਆ ਵਾ ਤਾਂ ਮਹਾਰਾਣੀ ਪਰਨੀਤ ਕੌਰ ਨਾਲ, ਜੇ ਉਹ ਚਲਿਆ ਜਾਂਦਾ ਮੇਰੇ ਖਿਆਲ ਕਿਸ਼ਤ ਕੱਟੀ ਜਾਣੀ ਸੀ। ਸੋ ਮਤਲਬ ਹਰ ਵਾਰੀ ਭਾਅ ਜੀ ਇਹਨਾਂ ਨੇ ਨਾ, ਪਰਮਾਤਮਾ ਜਾਣਦਾ ਆ, ਇਹ ਪਹਿਲਾਂ ਇਹੀ ਸਹੁੰ ਖਾਣ ਅਕਾਲ ਤਖ਼ਤ ਸਾਹਿਬ 'ਤੇ ਵੀ ਕਦੇ ਵੀ ਆਪਣੇ ਤੋਂ ਬਗੈਰ ਚੰਦੂ ਮਾਜਰਾ ਸਾਹਿਬ ਨੇ ਅਕਾਲੀ ਦਲ ਨੂੰ ਵੋਟ ਪੁਆਈ ਆਪਣੀ ਜ਼ਿੰਦਗੀ 'ਚ। ਭਾਅ ਜੀ ਹਰ ਵਾਰੀ ਇਹੋ ਜਿਹੇ ਬੰਦੇ ਆ ਨਾ ਜੀ, ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਤਾ ਨਹੀਂ ਪਾਰਟੀ ਦਾ ਕਿਆ ਵਿਊ ਆ, ਮੈਂ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ, ਮੈਨੂੰ ਤਾਂ ਲੱਗਦਾ ਵੀ ਰੱਬ ਹੀ ਛੁਟਕਾਰਾ ਕਰਵਾ ਰਿਹਾ ਅਕਾਲੀ ਦਲ ਦਾ ਇਹਨਾਂ ਤੋਂ। ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ, ਹਰ ਵਾਰੀ ਭਾਅ ਜੀ ਅਕਾਲੀ ਦਲ ਨੂੰ ਹਰਾਇਆ ਇਸ ਬੰਦੇ। ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਉਹਦੇ ਮੁਤਾਬਕ ਤਾਂ ਤੁਸੀਂ ਇਹ ਚਾਹੁੰਦੇ ਹੋ ਕਿ ਵੀ ਸਤਿ ਸ਼੍ਰੀ ਅਕਾਲ ਹੀ ਆ, ਵੀ ਵਾਪਸ ਮੁੜ ਨਹੀਂ ਨਾ, ਪਰ ਉਹ ਕਹਿੰਦੇ ਕਿ ਅਕਾਲੀ ਦਲ ਇਕੱਠਾ ਕਰਨਾ, ਅਸੀਂ ਮਜ਼ਬੂਤ ਕਰਨਾ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਕੱਠੇ ਹੋ ਕੇ ਸ਼ਾਇਦ ਜ਼ਿਆਦਾ ਮਜ਼ਬੂਤੀ ਨਾਲ ਕਿ ਤੁਸੀਂ ਸਮਝਦੇ ਇਹਨੇ ਲੋੜ ਨਹੀਂ? ਭਾਅ ਜੀ ਮੈਂ ਤਾਂ ਚਾਹ ਰਿਹਾ ਵੀ ਅਕਾਲੀ ਦਲ ਤਕੜਾ ਹੋਏ, ਪਰ ਜਿਹੜੇ ਬੰਦੇ ਅਕਾਲੀ ਦਲ ਨੂੰ ਆਹ ਪਿੰਡਾਂ 'ਚ ਕਹਿੰਦੇ ਆ ਕਿਹੜੀ ਉਹ ਬੇਲ ਚੜ੍ਹਦੀ ਆ ਜਿਹੜੀ ਉਹ ਖਤਮ ਕਰ ਦਿੰਦੀ ਆ, ਇਸ ਬੇਲ ਦੀ ਤਰ੍ਹਾਂ ਖਤਮ ਕਰਨ 'ਤੇ ਲੱਗੇ ਹੋਏ ਆ। ਭਾਅ ਜੀ ਪਰਮਾਤਮਾ ਜਾਣਦਾ ਮੇਰੇ ਦੁਸ਼ਮਣ ਨੂੰ ਵੀ, ਮੇਰੇ ਵਿਰੋਧੀ ਨੂੰ ਕੱਟਣ ਨੂੰ ਟਿਕਟ ਮਿਲੀ ਦੁਪਿੰਦਰ ਢਿੱਲੋਂ ਨੂੰ, ਆਪਾਂ 50,000 ਵੋਟ ਤੋਂ ਉਹਨਾਂ ਨੂੰ ਜਿਤਾ ਕੇ ਭੇਜਿਆ, ਦਿਨ ਰਾਤ ਇੱਕ ਕਰਿਆ ਗਾ। ਇਹ ਬੰਦੇ ਆਪਣੇ ਆਪ 'ਤੇ ਬਗੈਰ ਅਕਾਲੀ ਦਲ ਨੂੰ ਕਦੇ ਵੋਟ ਹੀ ਨਹੀਂ ਪਾਉਂਦੇ। ਪਹਿਲਾਂ ਕੈਪਟਨ ਕਮਲਜੀਤ ਸਿੰਘ ਜੀ ਨੂੰ ਉਹਨਾਂ ਨੇ ਹਰਾਇਆ, ਅੱਜ ਰੱਖੜਾ ਸਾਹਿਬ ਜੱਫੀ ਪਾ ਰਹੇ ਹਾਂ ਨਾ, ਰੱਖੜਾ ਸਾਹਿਬ ਨੂੰ ਕਹਿਦੇ ਵੀ ਦੁੱਖ ਨਿਵਾਰਨ ਸਾਹਿਬ ਸਹੁੰ ਖਾ ਲਏ ਵੀ ਚੰਦੂ ਮਾਜਰਾ ਸਾਹਿਬ ਨੇ ਤੇਰਾ ਵਿਰੋਧ ਕਰਿਆ ਕਿ ਨਹੀਂ ਕਰਿਆ 2019 ਦੀ ਇਲੈਕਸ਼ਨ 'ਚ, ਚੱਲ ਮੈਂ ਅਕਾਲੀ ਦਲ ਛੱਡ ਦੂੰਗਾ ਜੇਕਰ ਜੇ ਉਹ ਖਾ ਲੈਣ ਅਕਾਲ ਉੱਥੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ 'ਚ ਜਾਣ ਚੰਦੂ ਰੱਖੜਾ ਸਾਹਿਬ, ਆ ਚੰਦੂ ਮਾਜਰਾ ਸਾਹਿਬ ਨੂੰ ਜੱਫੀ ਪਾ ਰਹੇ ਨਾ, ਸਹੁੰ ਖਾ ਕੇ ਕਹਿ ਦੇਣ ਵੀ ਚੰਦੂ ਮਾਜਰਾ ਸਾਹਿਬ ਨੇ ਉਹਨਾਂ ਨੂੰ MP ਦੇ ਇਲੈਕਸ਼ਨਾਂ 'ਚ ਉਹਦਾ ਵਿਰੋਧ ਕਰਿਆ ਕਿ ਨਹੀਂ ਕਰਿਆ, ਲੈ ਮੈਂ ਛੱਡ ਦੂੰਗਾ, ਹਾਂ ਸਹੁੰ ਪਾ ਦੇਣ ਮੈਂ ਛੱਡ ਦੂੰਗਾ ਉਹਨਾਂ ਨੂੰ, ਉਹਨਾਂ ਨੂੰ ਡੱਟ ਕੇ ਭਾਅ ਜੀ ਰੱਖੜਾ ਸਾਹਿਬ ਨੂੰ ਚੰਦੂ ਮਾਜਰਾ ਸਾਹਿਬ ਨੇ ਹਰਾਇਆ। ਤੁਹਾਨੂੰ ਲੱਗਦਾ ਵੀ ਜਿਹੜੇ ਕੈਪਟਨ ਕਮਲਜੀਤ ਨੂੰ, ਲੈ ਚੰਦੂ ਮਾਜਰਾ ਸਾਹਿਬ ਜੇ ਸੱਚੇ ਆ ਨਾ ਅਕਾਲ ਤਖ਼ਤ ਸਾਹਿਬ ਤੇ ਦੋਨੇ ਬੱਚਿਆਂ ਨੂੰ ਲੈ ਕੇ ਸਹੁੰ ਖਾ ਦੇਣ ਵੀ ਕੈਪਟਨ ਕਮਲਜੀਤ ਨੂੰ ਹਰਾਉਣ 'ਚ ਸਭ ਤੋਂ ਵੱਡਾ ਰੋਲ ਚੰਦੂ ਮਾਜਰਾ ਸਾਹਿਬ ਦਾ ਹੈ ਤਾਂ ਕਿ ਨਹੀਂ ਹੈ? ਮਤਲਬ ਕੋਈ ਕੈਂਡੀਡੇਟ ਅਕਾਲੀ ਦਲ ਦਾ ਇਹਨਾਂ ਨੇ ਜਿੱਤਣ ਨਹੀਂ ਦੇਣਾ। ਅੱਜ ਜਿਹੜੇ ਇਕੱਠੇ ਤੁਹਾਨੂੰ ਲੱਗਦੇ ਆ ਕਿ ਅਕਾਲੀ ਦਲ ਬਚਾਓ ਮੁਹਿੰਮ ਜਿਨ੍ਹਾਂ ਨੇ ਚਲਾਈ ਆ, ਤੁਸੀਂ ਕਹਿੰਦੇ ਕਿ ਉਹ ਵੀ ਆਪਸ 'ਚ ਇਕੱਠੇ ਨਹੀਂ ਗਏ, ਇੱਕ ਦੂਜੇ ਨੂੰ ਹਰਾਇਆ ਉਹਨਾਂ ਨੇ? ਭਾਅ ਜੀ ਇਹ 500% ਸੱਚੀ ਗੱਲ ਆ। ਤੁਸੀਂ ਦੇਖੋ ਵੀ ਇਹ ਸਿਰਫ ਨਾ ਜੀ ਬਾਹਰ ਦੀਆਂ ਤਾਕਤਾਂ ਨਾਲ ਸੌਦੇ ਕਰਕੇ ਸ਼੍ਰੋਮਣੀ, ਇਹਨਾਂ ਦਾ ਮਤਲਬ ਇਹ ਆ ਵੀ ਜੇ ਅਕਾਲੀ ਦਲ MP ਚੋਣਾਂ ਜਿੱਤ ਗਿਆ, ਹੁਣ ਤੁਸੀਂ ਦੇਖੋ ਵੀ ਬਠਿੰਡਾ ਆਪਾਂ ਸੀਟ ਜਿੱਤ ਗਏ ਤੇ ਸੁਖਵੀਰ ਬਾਦਲ ਜੀ 4 ਮਹੀਨੇ ਗੱਡੀ ਦੇ ਉੱਤੇ ਚੜੇ ਰਹੇ, ਇੱਕ ਤੇ ਉਤਰੇ ਨਹੀਂ ਭਾਅ ਜੀ, 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਗੱਡੀ 'ਤੇ ਖੜਨਾ 48 ਡਿਗਰੀ ਟੈਂਪਰੇਚਰ 'ਚ, ਤੁਸੀਂ ਇੱਕ ਦਿਨ ਖੜ ਕੇ ਦੇਖੋ। ਉਹਨਾਂ ਨੇ ਪ੍ਰਚਾਰ ਕਰਿਆ, ਉਹਨਾਂ ਨੇ ਰੈਲੀਆਂ ਕਰੀਆਂ, ਉਹਨਾਂ ਨੇ ਮੀਟਿੰਗਾਂ ਕਰੀਆਂ, ਕੋਰ ਕਮੇਟੀ ਨੇ ਹਾਲਾਤ ਬਣਦੇ ਆ। ਜਦੋਂ ਸਰਵੇ ਹੋਇਆ ਕਲੀਅਰ ਕੱਟ ਕੋਰ ਕਮੇਟੀ ਨੂੰ ਸੁਖਵੀਰ ਬਾਦਲ ਜੀ ਨੇ ਕਹਿ ਦਿਆ ਤਾ ਵੀ ਅਸੀਂ 4 ਸੀਟਾਂ ਜਿੱਤਾਂਗੇ, ਇਸ ਤੋਂ ਜ਼ਿਆਦਾ ਨਹੀਂ ਜਿੱਤਣੀਆਂ, ਇੱਕ ਬਠਿੰਡਾ, ਇੱਕ ਫਿਰੋਜ਼ਪੁਰ, ਇੱਕ ਖੰਡੂਰ ਸਾਹਿਬ ਅਤੇ ਇੱਕ ਫਰੀਦਕੋਟ, ਆਹ 4 ਸੀਟਾਂ 'ਚ ਸਰਵੇ 'ਚ ਅਸੀਂ ਅਲੱਗ ਬਿਲਕੁਲ ਉਹ 'ਤੇ। ਦੇਖੋ ਮੈਂ ਕੋਈ ਵਿੱਚ ਵਿਚਾਲੇ ਵਾਲੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਮੈਂ ਤਾਂ ਕੋਰ ਕਮੇਟੀ 'ਚ ਬੈਠਿਆ ਹੁੰਦਾ, ਮੈਂ ਉਹਦਾ ਮੈਂਬਰ ਹਾਂ, ਕਰਨੀਆਂ ਵੀ ਨਹੀਂ ਚਾਹੀਦੀਆਂ। ਪਰ ਸੱਚੀ ਗੱਲ ਤੀ ਫਿਰੋਜ਼ਪੁਰ ਆਪਾਂ ਸਿਰਫ 10,000 ਵੋਟ ਤੋਂ ਹਾਰੇ, ਪੱਕੀ ਸੀਟ ਦੀ ਅਕਾਲੀ ਦਲ ਦੀ ਸੀਟ ਦੀ ਨਹੀਂ, 10,000 ਵੋਟ ਤੋਂ ਹਾਰੇ। ਜੇ ਸੁਖਵੀਰ ਬਾਦਲ ਜੀ ਲੜਦੇ ਉੱਥੇ 50,000 ਵੋਟ ਤੋਂ ਜਿੱਤਦੇ। ਪਰ ਤੁਸੀਂ ਦੇਖੋ ਸੁਖਵੀਰ ਬਾਦਲ ਨੇ ਝੁੰਦਾ ਕਮੇਟੀ 'ਚ ਕਿਹਾ ਤਾ, ਹੁਣ ਪਿਛਲੀ ਕੋਰ ਕਮੇਟੀ 'ਚ ਹੋਈ, ਹੁਣ ਗੱਲਾਂ ਤਾਂ ਕਰਨੀਆਂ ਨਹੀਂ ਚਾਹੀਦੀਆਂ। ਇਹ ਬਾਹਰ ਨਿਕਲ ਕੇ ਕਹਿੰਦੇ ਆ ਚੰਦਾ ਝੁੰਦਾ ਕਮੇਟੀ ਦੀ ਰਿਪੋਰਟ ਆ ਜਿਹੜੀ ਉਹ ਲਾਗੂ ਕਰੋ ਚੰਦੂ ਮਾਜਰਾ ਸਾਹਿਬ, ਅੰਦਰ ਬੈਠ ਕੇ ਕਹਿੰਦੇ ਆ ਵੀ ਮੇਰੇ ਮੁੰਡਿਆਂ ਨੂੰ ਦੋਨਾਂ ਨੂੰ ਟਿਕਟਾਂ ਦੇ ਦਿਓ।
ਆਪ ਐਮ ਪੀ ਲੜਨੀ, ਮੁੰਡੇ ਨੂੰ ਸਨੌਰ ਤੋਂ ਵੀ ਟਿਕਟ ਦੇ ਦਿਓ, ਘਨੌਰ ਤੋਂ ਵੀ ਮੈਂ ਲੜੂੰਗਾ, ਜੇ ਸੂਤ ਪੈ ਜਾਏ ਤੀਸਰੇ ਨੂੰ ਮੋਹਾਲੀ ਤੋਂ ਵੀ ਦੇ ਦਿਓ। ਚੁੰਦਾ ਕਮੇਟੀ 'ਚ ਲਿਖੇ ਤਾ ਨਾ ਪਰਿਵਾਰ ਦਾ ਇੱਕ ਮੈਂਬਰ ਲੜੂਗਾ। ਫਿਰ ਜਦੋਂ ਚੰਦੂਮਾਜਰਾ ਸਾਹਿਬ ਆਨੰਦਪੁਰ ਸਾਹਿਬ ਐਮ ਪੀ ਲੜ ਲਏ ਤੇ ਸਨੌਰ ਤੋਂ ਉਹਨਾਂ ਨੂੰ ਛੱਡਣੀ ਨਹੀਂ ਚਾਹੀਦੀ ਸੀ ਸੀਟ ਉਹਦੇ ਬੇਟੇ ਨੂੰ। ਸੋ ਮਤਲਬ ਇਹ ਭਾਅ ਜੀ ਇਹ ਕਰਦੇ ਕੁਛ ਆ, ਕਹਿੰਦੇ ਕੁਛ ਆ, ਅੰਦਰ ਬੈਠ ਕੇ ਭਾਅ ਜੀ ਕੋਰ ਕਮੇਟੀ 'ਚ ਲੈ, ਮੈਂ ਇਹੀ ਕਹਿੰਦੇ ਹਾਂ ਤੁਹਾਨੂੰ ਛੱਡੋ ਜੀ। ਸਭ ਤੋਂ ਵਧੀਆ ਤੁਸੀਂ ਬਡਾਲਾ ਸਾਹਿਬ ਨੂੰ ਕਹਿੰਦੇ ਆ, ਇਹਨਾਂ ਨੂੰ ਕਹੋ ਵੀ ਕੱਲ੍ਹ ਨੂੰ ਅਕਾਲ ਤਖ਼ਤ ਸਾਹਿਬ ਜਾ ਰਹੇ ਹਾਂ, ਉੱਥੇ ਇੱਕ ਨੇਮ ਧਰਮ ਕਰਕੇ ਪੰਜਾਬੀਆਂ ਦੀ ਤਸੱਲੀ ਕਰਵਾ ਦਿਓ ਵੀ ਤੁਸੀਂ ਕੋਰ ਕਮੇਟੀ ਦੇ ਅੰਦਰ ਇਸ ਐਮ ਪੀ ਇਲੈਕਸ਼ਨ ਤੋਂ ਬਾਅਦ ਕਿਹਾ ਨੀ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਵੱਧ ਮਿਹਨਤ ਕੋਈ ਵੀ ਨਹੀਂ ਕਰ ਸਕਦਾ। ਚਾਰ ਬਡਾਲਾ ਸਾਹਿਬ ਨੇ, ਚੰਦੂਮਾਜਰਾ ਸਾਹਿਬ ਨੇ, ਰੱਖੜਾ ਸਾਹਿਬ ਨੇ, ਔਰ ਰੱਖੜਾ ਸਾਹਿਬ ਤਾਂ ਲੈ ਮੈਂ ਹੋਰ ਤੁਹਾਨੂੰ ਦੱਸਦੇ ਹਾਂ, ਰੱਖੜਾ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਲੈ ਸਹੁੰ ਖਾ ਕੇ ਕਹਿ ਦੇਣ ਵੀ ਝੁੰਦਾ ਕਮੇਟੀ ਬਣਾਉਣੇ ਕੀ ਲੋੜ ਕਿਆ ਤੀ, ਸੁਖਵੀਰ ਬਾਦਲ ਤੋਂ ਵਧੀਆ ਪ੍ਰਧਾਨ ਤਾਂ ਪੂਰੇ ਦੇਸ਼ 'ਚ ਕਿਸੇ ਪਾਰਟੀ ਕੋਲ ਨਹੀਂ ਹੈਗਾ। ਰੱਖੜਾ ਸਾਹਿਬ ਨੇ ਕਿਹਾ, ਹਾਂ ਪੁੱਛ ਲਿਓ ਤੁਸੀਂ ਤਾਂ ਸਹੁੰ ਤੇ ਲਿਆ ਕੇ ਵਸਾ ਰਹੇ ਹੋ ਸਰਾਂ ਨੂੰ, ਇੱਕ ਚੀਜ਼ ਦੱਸੋ ਤੁਸੀਂ। ਮੈਂ ਕਹਿ ਰਿਹਾ ਸਹੁੰ ਖਾਣ ਜਾ ਰਹੇ, ਭਾਅ ਜੀ ਮੇਰੀ ਗੱਲ ਸੁਣੋ, ਅਸੀਂ ਸਰਕਾਰ ਚਲਾਈ, ਸਾਡੇ ਤੋਂ ਗਲਤੀਆਂ ਹੋਈਆਂ, ਹੋ ਗਈਆਂ, ਆਪਾਂ ਮੰਨਦੇ ਹਾਂ। ਅਸੀਂ ਰੋਜ਼ ਅਕਾਲ ਪੁਰਖ ਵਾਹਿਗੁਰੂ, ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਮਾਫੀਆਂ ਮੰਗਦੇ ਹਾਂ। ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਬਾਦਲ ਸਾਹਿਬ ਦੇ ਭੋਗ 'ਤੇ ਲੱਖਾਂ ਬੰਦਿਆਂ ਦੀ ਗਿਣਤੀ 'ਚ ਪੂਰੇ ਹਿੰਦੁਸਤਾਨ ਜਦੋਂ ਨੈਸ਼ਨਲ ਚੈਨਲ ਚੱਲ ਰਹੇ ਤਾਂ ਉੱਥੇ ਸਾਰਿਆਂ ਦੇ ਸਾਹਮਣੇ ਮਾਫੀ ਮੰਗੀ, ਗਲਤੀਆਂ ਹੋਈਆਂ। ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਅਤੇ ਅਖੰਡ ਪਾਠ ਸਾਹਿਬ ਰਖਵਾਏ। ਸੁਣੋ ਗੱਲ, ਮੇਰੀ ਬੇਨਤੀ ਸੁਣ ਲਿਓ, ਮੈਨੂੰ ਹੁਣ ਬਹੁਤਾ ਦੇਖੋ ਧਰਮ ਦੇ ਬਾਰੇ 'ਚ ਮੈਨੂੰ ਜ਼ਿਆਦਾ ਨਹੀਂ, ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ। ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਮਹਾਨ ਸ਼ਹੀਦ ਗੁਰਬਖਸ਼ ਸਿੰਘ ਜੀ ਦੇ ਉੱਥੇ ਹਾਲ 'ਚ ਸਾਰੀ ਸਾਧ ਸੰਗਤ ਤੋਂ ਮਾਫੀ ਮੰਗੀ ਵੀ ਮੇਰੇ ਤੋਂ ਸਰਕਾਰ ਚਲਾਉਂਦੇ ਟਾਈਮ ਬਹੁਤ ਸਾਰੀਆਂ ਗਲਤੀਆਂ ਹੋਈਆਂ, ਭਾਵੁਕ ਹੋ ਕੇ ਅਕਾਲ ਪੁਰਖ ਵਾਹਿਗੁਰੂ ਤੋਂ ਵੀ ਪੰਜਾਬ ਦੀ ਜਨਤਾ ਤੋਂ ਵੀ ਮਾਫੀ ਮੰਗੀ। ਉਸ ਟਾਈਮ ਭਾਅ ਜੀ ਇਹਨਾਂ ਪੰਜਾਂ ਨੂੰ ਮਾਫੀ ਨਹੀਂ ਉੱਥੇ ਮੰਗਣੀ ਚਾਹੀਦੀ ਤੀ? ਇਹ ਕਿਆ ਕੈਬਨਿਟ ਦਾ ਹਿੱਸਾ ਨਹੀਂ ਤੇ, ਇਹ ਕੋਰ ਕਮੇਟੀ ਦਾ ਹਿੱਸਾ ਨਹੀਂ ਤੇ, ਮੈਂ ਤਾਂ ਕੋਰ ਕਮੇਟੀ ਦਾ ਹਿੱਸਾ ਹੀ ਨਹੀਂ ਤਾਂ ਨਾ ਕੈਬਨਿਟ ਦਾ ਹਿੱਸਾ ਤਾ, ਇਹ ਪੰਜੇ ਤਾਂ ਕੋਰ ਕਮੇਟੀ ਕੈਬਨਿਟ ਦਾ ਹਿੱਸਾ ਤੇ ਉਸ ਦਿਨ ਖੜੇ ਹੋ ਕੇ ਅਕਾਲ ਤਖ਼ਤ ਸਾਹਿਬ ਤੇ ਇਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਤੀ ਸਾਰਿਆਂ ਨੂੰ, ਉਸ ਦਿਨ ਮਾਫੀ ਨਹੀਂ ਮੰਗੀ। ਅੱਜ ਕਿਸੇ ਦੂਸਰੀ ਬੀਜੇਪੀ ਦੀ ਤਾਕਤ ਨੇ ਕਿਹਾ ਵੀ ਇਹਨੂੰ ਖੰਡਾਉਣਾ। ਹੁਣ ਮੇਰੀ ਗੱਲ ਸੁਣੋ ਤੁਸੀਂ, ਚਲੋ ਵਿਧੀ ਵਿਧਾਨ ਦਾ ਵੀ ਪਤਾ ਲੱਗ ਜੂਗਾ, ਮੈਨੂੰ ਤਾਂ ਪਤਾ ਨਹੀਂ, ਹੁਣ ਮੈਂ ਤਾਂ ਬਹੁਤੀ ਨੌਲੇਜ ਨੇ। ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸੁਖਵੀਰ ਬਾਦਲ ਨੂੰ ਤਲਬ ਕਰਦਾ ਗਾ, ਕਿਆ ਸੁਖਵੀਰ ਬਾਦਲ ਜੀ ਉੱਥੇ ਅਕਾਲ ਤਖ਼ਤ ਸਾਹਿਬ 'ਤੇ ਜਾਣਗੇ ਨਹੀਂ, ਉੱਥੇ ਨਿਮਾਣਾ ਸਿੱਖ ਬਣ ਕੇ ਖੜਨਗੇ ਨਹੀਂ? ਉਹ ਤਾਂ ਰੋਜ਼ ਅਰਦਾਸ ਕਰਦੇ ਹਾਂ, ਪਰ ਜਿੰਨਾ ਕੁ ਮੈਨੂੰ ਗਿਆਨ ਹੈ ਨਾ ਭਾਅ ਜੀ, ਜਿੱਥੇ ਕੋਈ ਐਲੀਗੇਸ਼ਨ ਲੱਗਦਾ ਹੈਗਾ, ਐਲੀਗੇਸ਼ਨ ਪ੍ਰੂਵ ਹੁੰਦਾ ਹੈਗਾ, ਫਿਰ ਅਕਾਲ ਤਖ਼ਤ ਸਾਹਿਬ ਉਹਨਾਂ ਨੂੰ ਤਲਬ ਕਰਦਾ ਜਾਂ ਕੁਛ ਕਰਦਾ ਹੈਗਾ। ਸਰਦਾਰ ਸੁਖਵੀਰ ਸਿੰਘ ਬਾਦਲ ਦੀ ਤਾਂ ਇਹ ਪੰਜੇ ਤਾਰੀਫ ਕਰਦੇ ਰਹੇ ਮੀਡੀਆ 'ਚ, ਅਖਬਾਰਾਂ 'ਚ, ਟੀਵੀ 'ਤੇ, ਹਰੇਕ ਜਗ੍ਹਾ, ਵੀ ਇਸ ਤੋਂ ਵਧੀਆ ਤਾਂ ਪ੍ਰਧਾਨ ਹੀ ਨਹੀਂ ਕੋਈ ਹੋ ਸਕਦਾ। ਸਰ ਭਾਅ ਜੀ ਸਮਾਂ ਨਾਲ ਇਜਾਜ਼ਤ ਨਹੀਂ ਬਹੁਤੀ ਦੇ ਰਿਹਾ, ਇੱਕ ਦੋ ਸਵਾਲ ਬਸ ਲੈਣੇ ਆ, ਥੋੜ੍ਹੇ ਲਫ਼ਜ਼ਾਂ 'ਚ ਜਵਾਬ ਦਿਓ। ਹਿੰਦੂ 'ਚ ਰਹੋ ਤੁਸੀਂ ਪਾਰਟੀ ਦਾ, ਔਰ ਜਿਵੇਂ ਤੁਸੀਂ ਤਾਂ ਚੰਦੂਮਾਜਰਾ ਸਾਹਿਬ ਨੂੰ ਕਹਿ ਰਹੇ ਹੋ ਕਿ ਉਹ ਚਾਹੁੰਦੇ ਸੀ ਬੀਜੇਪੀ ਨਾਲ ਗੱਠਜੋੜ ਹੋ ਜੇ, ਤਾਂ ਹਿੰਦੂ ਚਿਹਰਾ ਕੀ ਚਾਹੁੰਦਾ ਸੀ ਕਿ ਬੀਜੇਪੀ ਨਾਲ ਗੱਠਜੋੜ ਹੋ ਜੇ, ਜਾਂ ਹੁਣ ਵੀ ਚਾਹੁੰਦੇ ਹੋ? ਤੁਹਾਨੂੰ ਲੱਗਦਾ ਕਿ ਜੇ ਬੀਜੇਪੀ ਨਾਲ ਗੱਠਜੋੜ ਹੋ ਜਾਂਦਾ ਤਾਂ ਤੁਹਾਨੂੰ ਫਾਇਦਾ ਸੀ? ਭਾਅ ਜੀ ਦੇਖੋ, ਮੈਂ ਨਾ ਕਲੀਅਰ ਦੱਸਾਂ, ਜਿਸ ਮਾਹੌਲ 'ਚ, ਜਿਸ ਏਰੀਏ 'ਚ, ਪੁਆਧ 'ਚ ਮੈਂ ਪੈਦਾ ਹੋਇਆ ਨਾ, ਤਾਂ ਉੱਥੇ ਕੋਈ ਹਿੰਦੂ ਆ ਨਾ ਸਿੱਖ ਆ, ਉੱਥੇ ਇਨਸਾਨੀਅਤ ਵੱਸਦੀ ਆ। ਅਸੀਂ ਤਾਂ ਹਰ ਰੱਬ ਨੂੰ ਮੰਨਦੇ ਹਾਂ, ਅਸੀਂ ਤਾਂ ਸਵੇਰੇ ਉੱਠ ਕੇ ਖੇੜੇ 'ਤੇ ਵੀ ਮੱਥਾ ਟੇਕਦੇ ਹਾਂ, ਗੁਰਦੁਆਰਾ ਸਾਹਿਬ ਵੀ ਮੱਥਾ ਟੇਕਦੇ ਹਾਂ, ਜੇ ਕੋਈ ਮਸਜਿਦ ਹੋਏ ਉੱਥੇ ਵੀ ਟੇਕਦੇ ਹਾਂ, ਅਸੀਂ ਸਾਡੇ ਤਾਂ ਮਾੜੀ 'ਤੇ ਵੀ ਜਾਂਦੇ ਹਾਂ ਸਾਡੇ ਏਰੀਏ 'ਚ। ਤਾਂ ਪਹਿਲੀ ਗੱਲ ਤਾਂ ਹਿੰਦੂ ਸਿੱਖ ਵਾਲੀ ਕੋਈ ਗੱਲਬਾਤ ਹੈ ਨਹੀਂ। ਦੂਸਰੀ ਗੱਲ, ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੇ ਨਾਲ ਡਟ ਕੇ ਲੜਾਈ ਲੜੀ,
ਐਮਰਜੈਂਸੀ 'ਚ ਅੰਦਰ ਰਹੇ, ਸਾਰੀਆਂ ਲੜਾਈਆਂ ਲੜੀਆਂ। ਸਾਨੂੰ ਇੱਕ ਉਮੀਦ ਤੀ ਵੀ ਜਿਸ ਦਿਨ BJP ਕੇਂਦਰ 'ਚ ਆਜੂਗੀ ਸਾਡੇ ਸਾਰੇ ਮਸਲੇ ਜਿਹੜੇ ਉਹ ਹੱਲ ਹੋ ਜਾਣੇ, ਸਮਝੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਸਤੇ ਸਾਡੇ ਕੋਲ ਅਲਟਰਨੇਟਿਵ ਨਹੀਂ ਤਾਂ BJP ਸਾਡੀ ਦੁਸ਼ਮਣ, ਜਦੋਂ ਤਾਂ BJP ਨਾਲ ਸਮਝੌਤਾ ਕਰਿਆ। ਅਸੀਂ ਇੱਕ ਵਾਰੀ ਦੇਖਿਆ, ਦੋ ਵਾਰੀ ਦੇਖਿਆ, ਤਿੰਨ ਵਾਰੀ BJP ਤੋਂ ਤੁਸੀਂ ਸਮਝ ਲਓ ਦੁਸ਼ਮਣ ਜਮਾਤ ਆ ਯਾਰ। ਅੱਜ ਦੀ ਡੇਟ 'ਚ ਤਾਂ ਇਹੀ ਹੋ ਰਿਹਾ। ਦੇਖੋ ਮੈਂ ਕਹਿ ਰਿਹਾ, ਤੁਸੀਂ ਸਮਝੋ, ਉਦੋਂ ਵੀ ਤੁਹਾਨੂੰ ਲੱਗਦਾ ਸੀ? ਨਹੀਂ ਨਹੀਂ, ਉਦੋਂ ਨਹੀਂ, ਸੁਣੋ ਗੱਲ ਜੀ, 3-4 ਵਾਰੀ BJP ਨੂੰ ਪਰਖਿਆ ਅਕਾਲੀ ਦਲ ਨੇ। ਪੰਜਾਬ ਦਾ ਹਰ ਹਿੰਦੂ, ਹਰ ਵਪਾਰੀ, ਹਰ ਬਿਜ਼ਨਸਮੈਨ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਜਿਹੜੀ ਉਹ ਪੈਦਾ ਕਰਕੇ ਉਸ 'ਚ ਕਰਨਾ ਚਾਹੁੰਦਾ, ਤਾਂ ਕਿ ਉਹਦੀ ਔਲਾਦ, ਹੁਣ ਮੇਰਾ ਕਾਰੋਬਾਰ ਹੈ ਇੱਥੇ, ਮੇਰਾ ਬਿਜ਼ਨਸ ਹੈ ਇੱਥੇ ਭਾਜੀ। ਜੇ ਇਹੀ ਤਬਾਹ ਹੋ ਗਿਆ ਮੈਂ ਪਾਰਟੀਆਂ ਤੋਂ ਕਹਿ ਲੈਣਾ, ਮੈਂ ਧਰਮ ਲੱਗਦਾ ਕਿ BJP ਮਤਲਬ ਭਾਈਚਾਰੇ ਦੇ ਲਈ ਖਤਰਨਾਕ ਹੈ। ਤੁਸੀਂ ਅੱਜ ਦੀ ਗੱਲ ਮੈਂ ਤੁਹਾਨੂੰ ਦੱਸਿਆ, ਉਸ ਸਾਂਝ ਨੂੰ ਮਜ਼ਬੂਤ ਕਰ। ਸ਼੍ਰੋਮਣੀ ਅਕਾਲੀ ਦਲ ਅਤੇ BJP ਦਾ ਗਠਜੋੜ ਨੈਚੁਰਲ ਗਠਜੋੜ ਸੀਗਾ, ਪਰ ਜੇ ਤੁਸੀਂ ਆਪਣੇ ਪਾਰਟਨਰ ਨੂੰ ਹੀ ਖਤਮ ਕਰਨ ਲੱਗ ਜਾਓ, ਪੰਜਾਬ ਵਾਸਤੇ ਕਿਆ ਥ੍ਰੈਟ ਨਹੀਂ ਹੈ ਭਾਜੀ? ਪੰਜਾਬ ਦਾ ਹਿੰਦੂ ਸ਼ਾਂਤੀ ਚਾਹੁੰਦਾ ਨਾ, ਪੰਜਾਬ ਦਾ ਵਪਾਰੀ ਸ਼ਾਂਤੀ ਚਾਹੁੰਦਾ ਨਾ ਜੀ। ਜੇ ਅੱਜ ਪੰਜਾਬ ਦੇ ਹਾਲਾਤ ਜਿਹੋ ਜਿਹੇ ਬਣਦੇ ਜਾ ਰਹੇ ਆ, ਅਤੇ BJP ਇੱਕ ਉਸ ਪਾਰਟੀ ਨੂੰ ਜਿਹੜੀ ਪੰਜਾਬ ਦੀ ਬਿਹਤਰੀ ਚਾਹੁੰਦੀ ਆ, ਪੰਜਾਬ ਦੀ ਵੈਲਫੇਅਰ ਚਾਹੁੰਦੀ ਆ, ਪੰਜਾਬ 'ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਚਾਹੁੰਦੀ ਆ, ਜਿਸ ਤਰ੍ਹਾਂ ਦੇ ਕਿਰਦਾਰ ਆ, ਦੇਖੋ ਅੱਜ ਕੋਈ, ਮੈਂ ਇਹ ਤਾਂ ਨਹੀਂ ਕਹਿ ਰਿਹਾ, ਇਹ ਤਾਂ ਸਰਿਆਮ ਆ। ਦੇਖੋ ਮੇਰੀ ਗੱਲ ਸੁਣੋ, ਪੰਜਾਬ ਦੇ ਲੋਕ ਕਿਸੇ ਪਾਰਟੀ ਨੂੰ ਉਸ ਟਾਈਮ ਮਾਨਤਾ ਦੇਣਗੇ, ਸ਼੍ਰੋਮਣੀ ਅਕਾਲੀ ਦਲ ਨੂੰ, ਜੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗੀ, ਅਸੂਲਾਂ ਦੀ ਗੱਲ ਕਰੂਗੀ। ਪੰਥ ਕੋਈ ਉਹ ਥੋੜ੍ਹੀ ਜਿਹਾ ਵੀ ਬੰਦੂਕਾਂ ਚੱਕਣ ਵਾਲਾ ਪੰਥ ਆ, ਪੰਥ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਪੰਥ, ਸਰਬਤ ਦੇ ਭੱਲੇ ਦਾ ਪੰਥ। ਸੋ ਸਰਬਤ ਦੇ ਭੱਲੇ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਹ ਕਰਦੀ ਆ, ਪਰ ਅੱਜ ਜੋ ਇੰਡੀਕੇਸ਼ਨ ਆ, ਅੱਜ BJP ਦੀ ਗੱਲ ਕਿਉਂ ਹੋ ਰਹੀ ਆ ਵੀ ਸਿਰਫ ਦਫਾੜ 'ਚ BJP ਦੀ ਗੱਲਬਾਤ ਆ? ਮਲੂਕਾ ਸਾਹਿਬ ਦੀ ਨੂੰਹ BJP 'ਚ ਸ਼ਾਮਲ ਆ, ਮਲੂਕਾ ਸਾਹਿਬ ਵਿਰੋਧ ਕਰ ਰਹੇ ਹਾਂ, ਚਰਨਜੀਤ ਦੇ ਭਰਾ ਅਮਿਤ ਸ਼ਾਹ ਜੀ ਸਾਰਿਆਂ ਨਾਲ ਮੀਟਿੰਗਾਂ ਕਰਦੇ ਹਾਂ, ਫੰਡ ਦਿੰਦੇ ਹਾਂ ਉੱਥੇ ਰੱਖੜਾ ਸਾਹਿਬ ਦੇ, ਅਤੇ ਉਹ ਅੱਜ ਸੁਖਬੀਰ ਨੂੰ ਤਾਰਨ ਦੀਆਂ ਗੱਲਾਂ ਕਰ ਰਹੇ ਹਾਂ। ਬੀਬੀ ਜਗੀਰ ਕੌਰ ਨੂੰ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਫੋਨ ਕਰਕੇ SGPC ਦਾ ਪ੍ਰਧਾਨ ਬਣਾਉਣ ਵਾਸਤੇ ਸਿਰ ਧੜ ਦੀ ਬਾਜ਼ੀ ਲਾਈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਕੱਠੀਆਂ ਹੋ ਰਹੀਆਂ ਨਾ ਜੀ, ਉਹ ਇਹ ਗੱਲ ਪ੍ਰੂਵ ਕਰ ਰਹੀ ਹੈ ਕਿ BJP ਇਸ ਬਗਾਵਤੀ ਟੋਲੇ ਦੇ ਪਿੱਛੇ ਹੈਗੀ ਆ। ਹੁਣ ਮੈਂ ਤੁਹਾਨੂੰ ਦੱਸਾਂ, ਪਹਿਲੇ ਦਿਨ ਤਾਂ ਅਯਾਲੀ ਵੀ ਗਿਆ ਤਾਂ ਇਹਨਾਂ ਦੀ ਮੀਟਿੰਗ 'ਚ, ਉਹ ਕਿਉਂ ਪਿੱਛੇ ਹਟ ਗਿਆ? ਜਦੋਂ ਉੱਥੇ BJP ਦੀਆਂ ਗੱਲਾਂ ਤੁਰ ਪਈਆਂ ਵੀ BJP ਨਾਲ ਸਾਂਝ ਕਰਨੀ, BJP ਐਕਚੁਅਲੀ ਚਾਹੁੰਦੀ ਹੈ ਵੀ ਕਮਜ਼ੋਰ ਅਕਾਲੀ ਦਲ ਬਣ ਜੇ, ਜਿਸ ਤਰ੍ਹਾਂ ਸ਼ਿੰਦੇ ਦਾ ਮਹਾਰਾਸ਼ਟਰ 'ਚ ਵੀ 20-30 ਸੀਟਾਂ ਦੇ ਕੇ ਅਸੀਂ 70-80 ਸੀਟਾਂ ਲੈ ਕੇ ਪੰਜਾਬ ਦੇ ਉੱਤੇ ਰਾਜ ਕਰੀਏ, ਜੋ ਮੇਰੀ ਸੋਚ ਆ, ਮੈਂ ਗਲਤ ਵੀ ਹੋ ਸਕਦਾ ਹੈਗਾ। ਪਰ ਜਿਹੜਾ ਇਹ ਟੋਲਾ ਆ, ਇਹ ਕਿਸੇ ਨਾ ਕਿਸੇ ਤਰ੍ਹਾਂ BJP ਨਾਲ ਜੁੜਿਆ ਰਿਹਾ, ਇਸ ਕਰਕੇ ਅੱਜ ਪੂਰੇ ਪੰਜਾਬ ਨੂੰ ਚੰਗੀ ਤਰ੍ਹਾਂ ਪਤਾ ਵੀ ਇਸ ਹੱਲਾਸ਼ੇਰੀ ਪਿੱਛੇ BJP ਦਾ ਹੱਥ ਆ। ਅਦਰਵਾਈਜ਼ ਤੁਸੀਂ ਇੱਕ ਕੋਰ ਕਮੇਟੀ 'ਚ ਕਿਸ ਤਰ੍ਹਾਂ ਪ੍ਰਧਾਨ ਨੂੰ ਜ਼ਿੰਮੇਵਾਰ ਸਮ, ਇਹ ਤਾਂ ਪ੍ਰਧਾਨ ਜੀ ਨੇ ਕੋਰ ਕਮੇਟੀ 'ਚ ਕਿਹਾ ਤਾ ਵੀ ਲਗਾਤਾਰ 10-15 ਦਿਨ ਵਰਕਿੰਗ ਕਮੇਟੀ ਦੀ ਮੀਟਿੰਗ ਕਰਦੇ ਹਾਂ, ਵਰਕਰਾਂ ਦੀ ਮੀਟਿੰਗ ਕਰਦੇ ਹਾਂ, ਸਰਕਲ ਪ੍ਰਧਾਨਾਂ ਦੀ ਮੀਟਿੰਗ ਕਰਦੇ ਹਾਂ, ਉੱਥੋਂ ਜੋ ਨਿਕਲ ਕੇ ਆਊਗਾ ਫੈਸਲਾ ਲਵਾਂਗੇ। ਇਹਨਾਂ ਦਾ ਪਹਿਲੇ ਦਿਨੇ ਫੱਟੇ ਚੱਕਦੇ ਕੋਰ ਕਮੇਟੀ 'ਚ, ਇਹਨਾਂ ਨੇ ਤਾਰੀਫ ਕਰੀ ਅਤੇ ਬਾਹਰ ਜਾ ਕੇ ਕਹਿਣ ਲੱਗੇ ਪ੍ਰਧਾਨ ਅਸਤੀਫਾ ਦੇ। ਸੋ ਅਸਤੀਫਾ ਤਾਂ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਤਾਂ ਪਹਿਲੇ ਦਿਨ, ਜਿਨ੍ਹਾਂ ਨੇ ਜ਼ੋਰ ਲਾ ਕੇ ਅਕਾਲੀ ਦਲ ਨੂੰ ਹਰਾਇਆ।